ਪਿੰਡ ਰਣੀਆ, ਡਿਸਟ੍ਰਿਕਟ ਮੋਗਾ ਤੋਂ ਬਿਲੋਂਗ ਕਰ ਰਿਹਾ ਵਾਂ। ਤਾਂ ਮੇਰੀ ਅਪਲਾਈਨ ਸਰਦਾਰ ਡਾਕਟਰ ਕੁਲਵਿੰਦਰ ਸਿੰਘ, ਸਾਰਿਆਂ ਦੇ ਦਿਲਾਂ ਦੀ ਧੜਕਣ, ਆਪਣੇ ਬ੍ਰਾਈਟ ਰੇਂਜ ਦੀ ਆਨ ਬਾਨ ਅਤੇ ਸ਼ਾਨ, ਮੈਂ ਉਹਨਾਂ ਦਾ ਦਿਲ ਤੋਂ ਥੈਂਕਸ ਕਰਦਾ, ਕਿਉਂਕਿ ਉਹਨਾਂ ਨੇ ਦਾਸ ਨੂੰ ਸਿਸਟਮ ਦੇ ਨਾਲ ਜੋੜਿਆ ਹੀ ਨਹੀਂ ਬਲਕਿ ਉਂਗਲ ਫੜ ਕੇ ਤੋਰਿਆ ਵੀ ਆ। ਤਾਂ ਮੇਰਾ ਰੋਮ ਰੋਮ ਰਿਣੀ ਰਹੇਗਾ ਉਹਨਾਂ ਦਾ। ਤਾਂ ਮੈਂ ਸਾਰੀ ਬ੍ਰਾਈਟ ਇੰਜ ਫੈਮਿਲੀ ਦਾ ਇੱਕ ਵਾਰ ਫਿਰ ਤੋਂ ਧੰਨਵਾਦ ਕਰਦਾ। ਤਾਂ ਦੋਸਤੋ, ਮੇਰੀ ਜਿਹੜੀ ਸਟਾਰਟਿੰਗ ਦਾ ਚੰਦ ਲੈਣਾ ਤੋਂ ਮੈਂ ਸਟਾਰਟ ਕਰਦਾ ਵਾਂ। ਅਗਰ ਦੋਸਤ ਸਾਥ ਹੋ ਤੋ ਰੋਨੇ ਮੇ ਵੀ ਸ਼ਾਨ ਹੈ, ਦੋਸਤ ਸਾਥ ਹੋ ਤੋ ਰੋਨੇ ਮੇ ਵੀ ਸ਼ਾਨ ਹੈ, ਦੋਸਤ ਨਾ ਹੋ ਤੋ ਮਹਿਫਲ ਵੀ ਸ਼ਮਸ਼ਾਨ ਹੈ, ਸਾਰਾ ਖੇਲ ਇਨ ਦੋਸਤੋ ਕਾ ਹੀ ਹੈ, ਵਰਨਾ ਜਨਾਜ਼ਾ ਔਰ ਬਰਾਤ ਸਾਲੇ ਦੋਨੋਂ ਇੱਕ ਸਮਾਨ ਹੈ। ਨਮਸਤੇ, ਸਤਿ ਸ੍ਰੀ ਅਕਾਲ, ਅਦਾਬ। ਤਾਂ ਦੋਸਤੋ, ਆਪਣੀ ਜਿਹੜੀ ਇਸ ਜੂਮ ਮੀਟਿੰਗ ਨੂੰ ਆਪਾਂ ਡੇਲੀ ਅਟੈਂਡ ਕਰਦੇ ਹਾਂ, ਇਹ ਅਸਲ ਵਿੱਚ ਜਿਹੜਾ ਆਪਣਾ ਬਿਜ਼ਨਸ ਆ, ਇਹ ਸਿੱਖਣਾ, ਸਿਖਾਉਣਾ ਤੇ ਨਾਲ ਨਾਲ ਕਮਾਉਣਾ ਦੋਸਤੋ, ਇਸਦਾ ਮਨੋਰਥ ਇਹੀ ਆ। ਪਰ ਜਿਵੇਂ ਲੱਕੀ ਜੀ ਦੱਸ ਕੇ ਗਏ ਆ, ਜਿੰਨੇ ਵੀ ਸਾਡੇ ਲੀਡਰਸ ਇਸ ਐਕਟੀਵਿਟੀ ਨੂੰ ਆਪਣੇ ਧਿਆਨ ਚ ਲਿਆਉਂਦੇ, ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਉਹਨਾਂ ਨੂੰ ਦੋਸਤੋ ਨੋਟ ਕਰਿਆ ਕਰੋ, ਸਾਨੂੰ ਇੱਕ ਨੋਟ ਬੁੱਕ ਬਣਾਉਣੀ ਅਤਿ ਜ਼ਰੂਰੀ ਆ। ਕਹਿੰਦੇ ਸਾਡਾ ਮਾਇੰਡ ਇੰਨੀ ਉਹ ਚੀਜ਼ਾਂ ਨੂੰ ਫਿੱਟ ਨਹੀਂ ਰੱਖ ਸਕਦਾ, ਕਿਤੇ ਨਾ ਕਿਤੇ ਅਸੀਂ ਇਸ ਚੀਜ਼ਾਂ ਨੂੰ ਇਗਨੋਰ ਕਰ ਦਿੰਦੇ ਹਾਂ ਜਾਂ ਭੁੱਲ ਜਾਂਦੇ ਹਾਂ ਜਾਂ ਸਾਡਾ ਧਿਆਨ ਜਿਹੜਾ ਕਬੀਲਦਾਰੀ ਵਿੱਚ ਚਲਿਆ ਜਾਂਦਾ। ਸੋ ਇਸ ਤਰ੍ਹਾਂ ਦੋਸਤੋ, ਫਿਰ ਆਪਾਂ ਜਿਹੜਾ ਅੱਗੇ ਜਿਹੜਾ ਵਧਣ ਦਾ ਆਪਾਂ ਕੰਮ ਕਹਿ ਰਹੇ ਹਾਂ ਵੀ ਆਪਾਂ ਅੱਗੇ ਵੱਧ ਸਕਦੇ ਹਾਂ, ਇਸ ਤਰ੍ਹਾਂ ਫਿਰ ਆਪਾਂ ਕਿਤੇ ਨਾ ਕਿਤੇ ਉਹ ਅੱਗੇ ਨਹੀਂ ਜਾ ਸਕਦੇ। ਸਭ ਤੋਂ ਪਹਿਲਾਂ ਹੱਥ ਜੋੜ ਕੇ ਇਹੀ ਬੇਨਤੀ ਹੈ ਕਿ ਦੋਸਤੋ, ਇਹਨਾਂ ਚੀਜ਼ਾਂ ਨੂੰ ਨੋਟ ਕਰਿਆ। ਹੁਣੇ ਜਗਸੀਰ ਸਿੰਘ ਜੀ ਇੱਕ ਮੈਸੇਜ ਦੇ ਕੇ ਗਏ ਸੀ, ਹੁਣ ਉਹ ਕਹਿੰਦੇ ਵੀ ਸਾਨੂੰ ਇੱਕ ਨੋਟਬੁੱਕ ਬਣਾਉਣੀ ਚਾਹੀਦੀ, ਜਿਸ ਤਰ੍ਹਾਂ ਕੱਲ ਵੀ ਦਾਸ ਨੇ ਕਿਹਾ ਸੀ ਕਿ ਸਾਨੂੰ ਨੋਟ ਜ਼ਰੂਰ ਬੁੱਕ ਬਣਾਉਣੀ ਚਾਹੀਦੀ ਆ। ਨੋਟਬੁੱਕ ਕਿਵੇਂ, ਮਤਲਬ ਕਿ ਡੇਲੀ ਇੱਕ ਵਧੀਆ ਤੁਸੀਂ ਡਾਇਰੀ ਲਓ ਜਾਂ ਕਾਪੀ ਲਓ, ਤਾਂ ਉਸ ਦੇ ਉੱਪਰ ਆਪਣੇ ਜਿਹੜੇ ਡ੍ਰੀਮਸ ਆ ਉਹ ਲਿਖੋ। ਕਿਵੇਂ ਲਿਖਣੇ ਆ, ਵੀ ਆ ਜਿਵੇਂ ਜਗਸੀਰ ਸਿੰਘ ਜੀ ਦੱਸ ਕੇ ਗਏ ਆ, ਕਿ ਸਭ ਤੋਂ ਪਹਿਲਾਂ ਤਾਂ ਇੱਕ ਉੱਪਰ ਲਫ਼ਜ਼ ਇਹੋ ਜਿਹਾ ਲਿਖੋ ਕਿ ਪਰਮਾਤਮਾ ਦੇ ਵਿੱਚ ਸ਼ੁਕਰਾਨਾ ਹੋ ਜਾਏ। ਹੇ ਪਰਮਾਤਮਾ, ਤੇਰਾ ਸ਼ੁਕਰ ਹੈ, ਤੇਰੀ ਕਿਰਪਾ ਹੋਈ ਹੈ ਜਿਸ ਦੇ ਸਦਕਾ ਮੈਨੂੰ ਅੱਜ ਦਾ ਦਿਨ ਦੇਖਣ ਨੂੰ ਮਿਲਿਆ। ਅਤੇ ਉਹ ਡੇਟ ਪਾਉਣੀ ਆ, ਦਿਨ ਪਾਉਣਾ ਵਾ, ਫਿਰ ਤੁਹਾਡੇ ਕੀ ਸੁਪਨੇ ਆ ਉਹਨੂੰ ਨੋਟ ਕਰਨਾ ਵਾ। ਨੋਟ ਕਿਸ ਤਰ੍ਹਾਂ ਕਰਨਾ ਵਾ, ਜਿਸ ਤਰ੍ਹਾਂ ਆਪਾਂ ਮੰਨ ਲਓ ਤੁਸੀਂ ਆਪਦੇ ਘਰ ਲਈ ਜਾਂ ਆਪਦੇ ਪਰਿਵਾਰ ਲਈ ਜਾਂ ਪੈਸੇ ਲਈ ਜਾਂ ਬੱਚਿਆਂ ਲਈ ਜਾਂ ਆਪਦੀ ਸਮਾਜ ਦੇ ਵਿੱਚ ਕੀ ਪਹਿਚਾਣ ਬਣਾਉਣੀ ਚਾਹੁੰਦੇ ਹਾਂ, ਉਹ ਸਾਰੇ ਸੁਪਨਿਆਂ ਨੂੰ ਦੋਸਤੋ ਡੇਲੀ ਲਿਖਣਾ, ਵਾਈ ਡੇਟ ਨਾਲ ਡੇ ਪਾ ਕੇ ਵੀ ਤੁਸੀਂ ਕਿਹੜੇ ਦਿਨ ਕਿਹੜੇ ਤਰੀਕ ਨੂੰ ਉਹ ਲਿਖਦੇ ਆ। ਲਗਾਤਾਰ 360 ਦਿਨ ਅਗਰ ਤੁਸੀਂ ਲਿਖਦੇ ਹੋ ਤਾਂ ਦੋਸਤੋ ਬਹੁਤ ਕ੍ਰਿਸ਼ਮੇ ਹੁੰਦੇ ਆ। ਕਹਿੰਦੇ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ, ਤੁਸੀਂ ਜਿਹੋ ਜਿਹਾ ਸੋਚੋਗੇ ਤੁਹਾਡਾ ਉਹ ਜੇ ਤੁਹਾਡੇ ਨਾਲ ਦੋਸਤੋ ਹੋਏਗਾ। ਜਿਵੇਂ ਆਪਣੀ ਇੱਕ ਮੂਵੀ ਆ ਜਿਸ ਦਾ ਨਾਮ ਆ ਦਾ ਸੀਕਰਟ, ਮੈਂ ਸਾਰੇ ਭੈਣ ਭਰਾਵਾਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦਾ ਵਾਂ, ਕਿਉਂਕਿ ਦਾਸ ਵੀ ਤੁਹਾਡੇ ਵਰਗੇ ਭੈਣ ਭਰਾਵਾਂ ਤੋਂ ਸਿੱਖ ਰਿਹਾ, ਹਲੇ ਤਾਂ ਸਿੱਖ ਰਿਹਾ ਵਾ। ਪਰ ਬੇਨਤੀ ਤਾਂ ਕਰਦਾ ਵਾਂ ਕਿ ਜਿਹੜੀ ਬੇਨਤੀ ਹੁੰਦੀ ਆ ਹੱਥ ਜੋੜ ਕੇ ਆਪਾਂ ਕਰਦੇ ਹਾਂ, ਉਹ ਦਰਗਾਹ 'ਚ ਜਾ ਕੇ ਵੀ ਸਾਡੀ ਸੁਣਵਾਈ ਹੁੰਦੀ ਆ। ਸੋ ਮੈਂ ਇਹੀ ਕਹੂੰਗਾ ਕਿ ਜਿਹੜੇ ਵੀ ਆਪਾਂ ਪੁਆਇੰਟ ਸਾਡੇ ਲੀਡਰਸ ਦੱਸ ਕੇ ਜਾਂਦੇ ਆ, ਇੱਕ ਤਾਂ ਦਾ ਸੀਕਰਟ ਸਾਰੀ ਫੈਮਿਲੀ ਬ੍ਰਾਈਟ ਰੇਂਜ ਦੀ ਨੇ ਮੂਵੀ ਦੇਖਣੀ ਆ, ਇੱਕ ਡੇਲੀ ਆਪਦੇ ਡ੍ਰੀਮਸ ਲਿਖਣੇ ਆ ਵਿਦ ਡੇਟ ਵਿਦ ਦਿਨ ਪਾ ਕੇ, ਸਾਫ਼ ਇੱਕ ਡਾਇਰੀ ਕਾਪੀ ਲੈ ਕੇ, ਮੱਥੇ ਨੂੰ ਕਾਪੀ ਜਦੋਂ ਡ੍ਰੀਮ ਤੁਹਾਡੇ ਲਿਖੇ ਜਾਂਦੇ ਆ, ਮੱਥੇ ਨੂੰ ਛੁਆ ਕੇ ਉਸਨੂੰ ਇੱਕ ਵਧੀਆ ਜਗ੍ਹਾ ਤੇ ਦੋਸਤੋ ਤੁਸੀਂ ਰੱਖਣਾ ਵਾ। ਇੱਕ ਸਾਲ ਦੇ ਵਿੱਚ, ਆਉਣ ਵਾਲੇ ਨਵੇਂ ਸਾਲ ਦੇ ਵਿੱਚ 2025 ਦੇ ਵਿੱਚ ਤੁਸੀਂ ਉਹ ਰੈਂਕ ਐਂ ਅਚੀਵ ਕਰ ਲਓਗੇ ਜਿਵੇਂ ਆਪਾਂ ਹੁਣ ਰਾਤ ਆ, ਤੁਸੀਂ ਕਹਿੰਦੇ ਹੈ ਦਿਨ ਵੀ ਚੜ ਗਿਆ।
ਸੋ ਦੇਸ ਤੋਂ ਇਹ ਕ੍ਰਿਸ਼ਮੇ ਹੁੰਦੇ ਆ ਜਿਹੜੀਆਂ ਪ੍ਰੈਕਟੀਕਲ ਚੀਜ਼ਾਂ ਤੁਸੀਂ ਕਰੋਗੇ ਉਹ ਤੁਹਾਡੇ ਨਾਲ ਸੰਭਾਵਕ ਆ ਕਿ ਹੋਣੀਆਂ ਹੀ ਹੋਣੀਆਂ ਵਾ। ਸੋ ਮੈਂ ਆਪਣੇ ਲੀਡਰਾਂ ਦਾ ਬਹੁਤ ਧੰਨਵਾਦ ਕਰਦਾ। ਤਾਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਅੱਜ ਆਪਾਂ ਉਸ ਸ਼ਖਸ ਨੂੰ ਸੁਣਨਾ, ਉਸ ਸ਼ਖਸ ਨੂੰ ਜਿਹੜੇ ਸ਼ਖਸ ਤੋਂ ਅੱਜ ਸ਼ਖਸੀਅਤ ਬਣ ਚੁੱਕੇ ਆ, ਉਹਨਾਂ ਦੇ ਜੇ ਮੈਂ ਉਹਨਾਂ ਦੀ ਆਪਣੇ ਕਿਰਿਆ ਬਾਰੇ ਦੱਸਾਂ ਤਾਂ ਦੋਸਤੋ ਮੇਰੇ ਕੋਲ ਇੰਨੇ ਸ਼ਬਦ ਨਹੀਂ ਕਿ ਉਹਨਾਂ ਦੀ ਪਹਿਚਾਣ ਦੀ ਲੋੜ ਨਹੀਂ, ਕਿਉਂਕਿ ਦੋਸਤੋ ਆਪਾਂ ਸਾਰੇ ਹੀ ਉਹਨਾਂ ਨੂੰ ਜਾਣਦੇ ਹਾਂ। ਬਹੁਤ ਹੀ ਨਿਰਮਲ ਸੁਭਾਅ ਦੇ, ਬਹੁਤ ਹੀ ਆਪਣੇ ਲਾਜਵਾਬ ਉਹਨਾਂ ਦੇ ਜਿਹੜੇ ਫੁਰਨੇ ਆ, ਜੋ ਉਹਨਾਂ ਦੇ ਅੰਦਰ ਜੋ ਚੱਲ ਰਿਹਾ ਆਪਣੇ ਲਈ ਆਪਣੀ ਫੈਮਿਲੀ ਲਈ, ਤਾਂ ਦੋਸਤੋ ਉਸ ਨੂੰ ਆਪਾਂ ਆਪਣੇ ਅੰਦਰ ਗ੍ਰਹਿਣ ਕਰਨਾ ਵਾ। ਅਗਰ ਕੁਲਵਿੰਦਰ ਜੀ ਕਰ ਰਹੇ ਆ, ਰਾਜਵਿੰਦਰ ਸੰਘਾ ਸਰ ਜੀ ਕਰ ਰਹੇ ਆ ਰੈਂਕ ਚੀਫ, ਗੌਰਵ ਸ਼ਾਹੀ ਜੀ ਕਰ ਰਹੇ ਆ, ਲੱਕੀ ਜੈਦਕਾ ਜੀ ਕਰ ਰਹੇ ਆ, ਹਰਜੀਤ ਜੀ ਕਰ ਰਹੇ ਆ, ਤਾਂ ਦੋਸਤੋ ਤੁਸੀਂ ਵੀ ਉਹਦੇ ਵਿੱਚ ਇੱਕ ਕਰ ਸਕਦੇ ਹੋ, ਕਿਉਂਕਿ ਜਿਹੜਾ ਸਾਡਾ ਮਾਇੰਡ ਆ ਦੋਸਤੋ ਇਹ 1300 ਗ੍ਰਾਮ ਦਾ ਵਾ, ਪਰ ਪਾਰਟ ਇਹਦੇ ਦੋ ਆ, ਇੱਕ ਕੌਨਸ਼ੀਅਸ ਮਾਇੰਡ ਆ, ਇੱਕ ਸਬ ਕੌਨਸ਼ੀਅਸ ਮਾਇੰਡ ਆ। ਪਰ ਆਪਾਂ ਜ਼ਿਆਦਾ ਨਾ ਟਾਈਮ ਲੈਂਦੇ ਹੋਏ ਹੁਣ ਮੈਂ ਉਸ ਮਹਾਨ ਹਸਤੀ ਨੂੰ ਬੇਨਤੀ ਕਰਦਾ, ਇਨਵਾਈਟ ਕਰਦਾ ਵਾਂ, ਸਾਡੇ ਬਹੁਤ ਹੀ ਸਤਿਕਾਰਯੋਗ, ਸਾਡੇ ਸਾਰਿਆਂ ਦੀ ਦਿਲਾਂ ਦੀ ਧੜਕਣ, ਸਾਡੇ ਜਿਹੜੇ ਪਹਿਚਾਣ ਆ ਜਿੱਥੋਂ ਅਸੀਂ ਪਤਾ ਲੱਗਦਾ ਕਿ ਸਾਡੀ ਅਪਲਾਈਨ ਸਾਰਿਆਂ ਦੀ ਗ੍ਰੇਟ ਗੁਰੂ ਮਹਾਂਗੁਰੂ, ਮੈਂ ਉਹਨਾਂ ਨੂੰ ਕਹਿੰਦਾ ਹੋਇਆ ਯੂ ਆਰ ਵੈਲਕਮ ਸਰ, ਡਾਕਟਰ ਕੁਲਵਿੰਦਰ ਸਿੰਘ ਜੀ ਥੈਂਕ ਕੋਰੇਆਲ। ਯੂ, ਥੈਂਕ ਯੂ ਸਰ ਜੀ, ਥੈਂਕ ਯੂ। ਸਾਰਿਆਂ ਦਾ ਸਭ ਤੋਂ ਪਹਿਲਾਂ ਤਾਂ ਜੀ ਆਇਆਂ ਵੈਲਕਮ। ਅੱਜ ਆਪਣੇ 25 ਪਰਸਨ ਆ ਦੋਸਤੋ, ਤਾਂ ਆਪਣੇ 40 ਪਰਸਨ ਹੋ ਜਾਂਦੇ ਆ। ਦੇਖੋ ਕਿਹੜੇ ਕਿਹੜੇ ਪਰਸਨ ਨੇ ਇਹ, ਉਹਨਾਂ ਨੂੰ ਪਰਸਨਲ ਕਾਲਿੰਗ ਕਰੋ, ਕਿਉਂਕਿ ਜੂਮ ਮੀਟਿੰਗ ਦੇ ਵਿੱਚ ਪਰਸਨ ਘਟਣੇ ਨਹੀਂ ਚਾਹੀਦੇ, ਆਪਣੇ ਵਧਣੇ ਚਾਹੀਦੇ ਹੈਗੇ ਆ, ਕਿਉਂਕਿ ਜੇ ਕਾਮਯਾਬ ਹੋਣਾ ਹੈ ਉਹਦੇ ਵਾਸਤੇ ਆਪਾਂ ਨੂੰ ਜੂਮ ਮੀਟਿੰਗ ਦੇ ਨਾਲ ਜੁੜਨਾ ਪਊਗਾ, ਓਪਨ ਮੀਟਿੰਗ ਦੇ ਨਾਲ ਜੁੜਨਾ ਪਊਗਾ ਦੋਸਤੋ। ਇਹ ਬਹੁਤ ਜ਼ਿਆਦਾ ਜ਼ਰੂਰੀ ਹੈਗਾ, ਔਰ 27 ਪਰਸਨ ਹੋ ਚੁੱਕੇ ਆ। ਔਰ ਦੋਸਤੋ ਇਸ ਵਾਰ ਦੀ ਜਿਹੜੀ ਕਲੋਜਿੰਗ ਹੈ ਬੜੀ ਜ਼ਬਰਦਸਤ ਕਲੋਜਿੰਗ ਗਈ ਹੈ। ਔਰ ਦੋਸਤੋ ਮੈਂ ਗੱਲ ਕਰੂੰਗਾ, ਅੱਜ ਆਪਾਂ ਜੇ ਨੈਟਵਰਕ ਦੇ ਵਿੱਚੋਂ ਆਏ ਹਾਂ, ਆਏ ਕਿਉਂ ਆ, ਕਿਉਂਕਿ ਸਭ ਤੋਂ ਪਹਿਲਾਂ ਜਿਹੜੀ ਸਾਡੀ ਕਿਉਂ ਕਲੀਅਰ ਹੋਣੀ ਚਾਹੀਦੀ, ਕਿਉਂਕਿ ਨੈਟਵਰਕ ਸਾਨੂੰ ਕੀ ਦੇ ਸਕਦਾ ਦੋਸਤੋ? ਨੈਟਵਰਕ ਸਾਡੇ ਸੁਪਨੇ ਪੂਰੇ ਕਰ ਸਕਦਾ, ਔਰ ਕਹਿੰਦੇ ਵੀ ਨੌਕਰੀ ਭੁੱਖਾ ਨਹੀਂ ਮਰ ਦਿੰਦੀ ਪਰ ਕਰੋੜਪਤੀ ਵੀ ਨਹੀਂ ਬਣ ਦਿੰਦੀ। ਨੌਕਰੀ ਦੇ ਨਾਲ ਸਾਡੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਦੋਸਤੋ, ਪਰ ਨੈਟਵਰਕ ਜੇ ਆਪਾਂ ਕਰਾਂਗੇ, ਬ੍ਰਾਈਟ ਰੇਂਜ ਕਰਾਂਗੇ, ਤੇ ਸਾਡੇ ਸੁਪਨੇ ਪੂਰੇ ਹੋਣਗੇ, ਕਿਉਂਕਿ ਇਹੋ ਜਿਹਾ ਸਾਡੇ ਕੋਲੇ ਕੋਈ ਵੀ ਹੋਰ ਸਾਧਨ ਹੈ ਨਹੀਂ, ਕੋਈ ਬਿਜ਼ਨਸ ਹੈ ਨਹੀਂ ਜਿਹਦੇ 'ਚ ਅਸੀਂ ਵਰਕ ਕਰਕੇ ਅਸੀਂ ਆਪਣੇ ਸੁਪਨੇ ਪੂਰੇ ਕਰ ਸਕਦੇ ਹਾਂ। ਤੇ ਦੋਸਤੋ ਇੱਕ ਤੁਹਾਡੇ ਕੋਲੇ ਬਹੁਤ ਹੀ ਜ਼ਬਰਦਸਤ ਪਲੇਟਫਾਰਮ ਹੈਗਾ, ਬ੍ਰਾਈਟ ਰੇਂਜ ਵੈਲਨੈਸ ਪ੍ਰਾਈਵੇਟ ਲਿਮਿਟਡ, ਕਿਉਂਕਿ ਆਪਣੇ ਜਿਹੜੇ ਕੰਪਨੀ ਦੇ CMD ਆ ਉਹਨਾਂ ਨੂੰ ਆਪਾਂ ਬਾਰ ਬਾਰ ਸਲੂਟ ਕਰਦੇ, ਕਿਉਂਕਿ ਬਹੁਤ ਹੀ ਨਿੱਘੇ ਸੁਭਾਅ ਦੇ ਹੈਗੇ ਆ, ਔਰ ਬਹੁਤ ਕੁਛ ਲੀਡਰਾਂ ਅਸੀਂ ਸੋਚ ਰਹੇ ਹਾਂ। ਇਸ ਤਰ੍ਹਾਂ ਜਿਹੜੀ ਆਪਣੀ ਮੈਨੇਜਮੈਂਟ ਹੈ ਉਹ ਵੀ ਆਪਣੇ ਨਾਲ ਦਿਨ ਪਰ ਰਾਤ ਉਪਰਾਲਾ ਕਰਦੀ ਹੈ ਕਿ ਜਿਹੜੇ ਸਾਡੇ ਹੈ ਉਹ ਵਧੀਆ ਪੈਸਾ ਕਮਾਉਣ। ਦੋਸਤੋ ਪਲੀਜ਼ ਮਾਈਕ ਆਫ ਰੱਖੋ, ਕਿਉਂਕਿ ਫਿਰ ਡਿਸਟਰਬਿੰਗ ਹੋ ਜਾਂਦੀ ਹੈ ਦੋਸਤੋ। ਔਰ ਦੋਸਤੋ ਮੈਂ ਇਹੀ ਗੱਲ ਕਰੂੰਗਾ, ਕਿਉਂਕਿ ਜ਼ਿੰਦਗੀ ਦੇ ਵਿੱਚ ਜੇ ਸਫਲ ਹੋਣਾ ਨਾ, ਸਾਡੇ ਕੋਲ ਇੱਕ ਬੜਾ ਸੁਨਹਿਰੀ ਮੌਕਾ ਹੈਗਾ। ਕਹਿੰਦੇ ਵੀ ਜ਼ਿੰਦਗੀ ਇੱਕ ਦਿਨ 'ਚ ਸਫਲ ਨਹੀਂ ਹੁੰਦੀ, ਬੰਦਾ ਇੱਕ ਦਿਨ ਸਫਲ ਨਹੀਂ ਹੁੰਦਾ, ਲੱਗੇ ਰਹਿਣ ਨਾਲ ਬੰਦਾ ਸਫਲ ਹੋ ਜਾਂਦਾ। ਔਰ ਦੋਸਤੋ ਸਭ ਤੋਂ ਪਹਿਲਾਂ ਮੈਂ ਵਧਾਈ ਦਿੰਦਾ ਆਪਣੇ ਅੱਜ ਨਵੇਂ 3 ਅਚੀਵਰ ਹੋਏ ਆ, ਔਰ ਸਭ ਤੋਂ ਪਹਿਲਾਂ ਮੈਂ ਵਧਾਈ ਦਿੰਦਾ ਕੁਲਦੀਪ ਸਿੰਘ ਪਲੂਰ ਨੂੰ, ਕਿਉਂਕਿ ਉਹਨਾਂ ਦੀ ਟੀਮ ਦੇ ਵਿੱਚ ਅੱਜ 2 ਰੈਂਕ ਉਹਨਾਂ ਦੀ ਟੀਮ ਦੇ ਵਿੱਚ ਅਚੀਵ ਹੋਏ ਆ। ਸਭ ਤੋਂ ਪਹਿਲਾਂ ਜਿਹੜਾ 1 ਸਟਾਰ ਹੈ ਭੈਣ ਜਸਵਿੰਦਰ ਕੌਰ ਜੀ ਪਿੰਡ ਰੋਡਿਆਂ ਤੋਂ ਆ, ਉਹਨਾਂ ਦਾ 1 ਸਟਾਰ ਹੋ ਗਿਆ। ਮੇਰੇ ਵੱਲੋਂ ਕੁਲਦੀਪ ਪਲੂਰ ਜੀ ਨੂੰ ਉਹਨਾਂ
ਦੇ ਸੀਨੀਅਰ ਨੂੰ, ਆਪਣੇ ਡਾਕਟਰ ਹਰਜਿੰਦਰ ਸਿੰਘ ਜੀ ਨੂੰ ਬਹੁਤ ਬਹੁਤ ਵਧਾਈਆਂ ਦੋਸਤੋ, ਭੈਣ ਰਾਣੀ ਕੌਰ ਨੂੰ, ਕਿਉਂਕਿ ਉਹਨਾਂ ਦੀ ਟੀਮ ਦੇ ਵਿੱਚ ਹੁਣ ਲੇਬਲ ਹੋਣ ਲੱਗੇ ਆ, ਜਿਹੜਾ ਫਸਟ ਲੇਬਲ 1 ਸਟਾਰ ਹੋਇਆ। ਰੋਡੇ ਪਿੰਡ ਤੋਂ ਜਸਵਿੰਦਰ ਕੌਰ ਭੈਣ ਨੂੰ ਬਹੁਤ ਬਹੁਤ ਵਧਾਈਆਂ। ਔਰ ਦੋਸਤੋ ਦੂਜੀ ਵੀ ਵਧਾਈ ਜਿਹੜੀ ਉਹ ਕੁਲਦੀਪ ਸਿੰਘ ਭਲੂਰ ਨੂੰ ਜਾ ਰਹੀ ਹੈ, ਕਿਉਂਕਿ ਉਹਨਾਂ ਦੇ ਗ੍ਰੇਟ ਲੀਡਰ ਹੈ ਡਾਕਟਰ ਹਰਜਿੰਦਰ ਸਿੰਘ ਜੀ ਮੱਲ ਕੇ, ਜੋ ਆਪਣਾ ਦੂਸਰਾ ਲੇਵਲ ਅੱਜ ਕੰਪਲੀਟ ਕਰ ਚੁੱਕੇ ਆ, ਔਰ ਉਹਨਾਂ ਦਾ ਮਤਲਬ ਆਪਣੀ ਵੈਬਸਾਈਟ ਤੇ ਵੀ ਸ਼ੋ ਹੋਣ ਲੱਗ ਪਿਆ। ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਦੋਸਤੋ, ਕਿਉਂਕਿ ਡਾਕਟਰ ਸਾਹਿਬ ਵੀ ਪਹਿਲਾਂ ਥੋੜੀ ਕਾਹਲੋਂ ਕਰ ਗਏ ਆ, ਡਾਕਟਰ ਸਾਹਿਬ ਦੇ ਅੰਦਰ ਬਹੁਤ ਵੱਡੀ ਕੁਆਲਿਟੀ ਹੈਗੀ ਹੈ। ਉਹ ਵੀ ਪ੍ਰੋਡਕਟ ਦੇ ਉੱਤੇ ਪਹਿਲਾਂ ਸੇਲ ਕਰ ਗਏ ਰਹੇਗੇ, ਉਹਨਾਂ ਨੇ ਸੀਰੀਅਸ ਨਹ�ं ਲਿਆ, ਪਰ ਉਹ ਮੈਨੂੰ ਲੱਗਦਾ ਵੀ ਉਹਨਾਂ ਨੇ ਹੁਣ ਇਸ ਬਿਜ਼ਨਸ ਨੂੰ ਸੀਰੀਅਸ ਲੈ ਲਿਆ, ਕਿਉਂਕਿ ਇਹਦੇ ਜਿਹੜੇ ਬਿਜ਼ਨਸ ਦੇ ਨਾਲ ਨਾਲ ਹੁਣ ਉਹ ਖੁਦ ਫੀਲਡ ਵਿੱਚ ਜਾਂਦੇ ਆ, ਖੁਦ ਜਾ ਕੇ ਮੀਟਿੰਗਾਂ ਕਰਦੇ ਆ। ਬੜੀ ਖੁਸ਼ੀ ਹੁੰਦੀ ਹੈ ਦੋਸਤੋ। ਔਰ ਸਾਡੇ ਬਾਬਾ ਕਮਲਜੀਤ ਕੁਮਾਰ ਜੀ, ਔਰ ਇਹ ਵੀ ਅੱਜ ਬ੍ਰੈਂਡ ਨਿਊ ਸਿਲਵਰ ਸਟਾਰ ਬਣ ਚੁੱਕੇ ਆ, ਇਹਨਾਂ ਨੂੰ ਵੀ ਬਹੁਤ ਬਹੁਤ ਵਧਾਈਆਂ। ਔਰ ਇਹਨਾਂ ਦੇ ਸੀਨੀਅਰ ਡਾਕਟਰ ਕੁਲਵਿੰਦਰ ਸਿੰਘ ਜੀ ਨੂੰ ਬਹੁਤ ਬਹੁਤ ਵਧਾਈਆਂ, ਕਿਉਂਕਿ ਇਹਨਾਂ ਨੇ ਪਹਿਲੀ ਮੀਟਿੰਗ ਜਦੋਂ ਆਪਣੀ ਹੋਈ ਸੀ ਉਦੋਂ ਇਹਨਾਂ ਨੇ 1 ਸਟਾਰ ਕੀਤਾ ਸੀ। ਇਹਨਾਂ ਸੈਕਿੰਡ ਮੀਟਿੰਗ ਆ, ਮਤਲਬ ਅੱਜ 10-15 ਦਿਨ ਦੇ ਵਿੱਚ ਹੀ ਇਹਨਾਂ ਦਾ ਦੂਜਾ ਰੈਂਕ ਡਨ ਹੋਇਆ ਸਿਲਵਰ ਸਟਾਰ। ਬਾਬਾ ਜੀ ਨੂੰ ਬਹੁਤ ਬਹੁਤ ਵਧਾਈਆਂ ਦੋਸਤੋ। ਬੜੀ ਖੁਸ਼ੀ ਹੁੰਦੀ ਹੈ ਜਦੋਂ ਟੀਮ ਦੇ ਵਿੱਚ ਲੇਬਲ ਹੁੰਦੀ ਆ, ਔਰ ਜਿਸ ਦਿਨ ਤੁਹਾਡੀ ਟੀਮ ਦੇ ਵਿੱਚ ਲੇਬਲ ਹੋਣ ਲੱਗ ਪੈਣ, ਤੁਹਾਡੀ ਟੀਮ ਗਰੋ ਕਰਨ ਲੱਗ ਪੈਣ ਦੋਸਤੋ, ਉਸ ਦਿਨ ਮੈਂ ਵੀ ਖੁਸ਼ੀ ਦਾ ਮੌਕਾ ਕੋਈ ਹੋ ਹੀ ਨਹੀਂ ਸਕਦਾ। ਹੋਰ ਅਸੀਂ ਮੈਨੇਜਮੈਂਟ ਨੂੰ ਸਿਰਫ 2 ਵਾਅਦਾ ਕੀਤਾ ਸੀ ਕਿ 2 ਅਚੀਵਰ ਹਰ ਕਲੋਜਿੰਗ ਦੇ ਵਿੱਚ ਹੋਣਗੇ, ਪਰ ਦੋਸਤੋ 2 ਨਹੀਂ ਹੈ, 3 ਤਾਂ ਹਜੇ ਸਟਾਰਟਿੰਗ ਦੇ ਵਿੱਚ ਹੀ ਹੋ ਗਏ। ਬਹੁਤ ਖੁਸ਼ੀ ਹੁੰਦੀ ਦੋਸਤੋ, ਕਿਉਂਕਿ ਅੱਜ ਹੀ 3 ਦਾ ਲੇਬਲ ਹੋਇਆ ਅਚੀਵ, ਔਰ ਇਹ ਲੇਵਲ ਨਿਕਲਦੇ ਰਹਿਣ ਦੋਸਤੋ। ਮੈਂ ਇੱਕ ਚੀਜ਼ ਹੋਰ ਕਹੂੰਗਾ, ਬ੍ਰਾਈਟਰਿੰਗ ਬਿਜ਼ਨਸ ਕਿਹੋ ਜਿਹਾ, ਕਿ ਆਪਾਂ ਜੇ ਬ੍ਰਾਈਟਰਿੰਗ ਦੇ ਵਿੱਚ ਲੱਗੇ ਹੋਏ ਆ, ਮੰਨ ਲਓ ਸਾਨੂੰ 4 ਸਾਲ ਹੋ ਗਏ ਆ, 5 ਸਾਲ ਹੋ ਗਏ ਆ, ਸਾਡਾ ਲੇਵਲ ਨਹੀਂ ਗਰੋਥ ਹੋ ਰਿਹਾ, ਉੱਥੇ ਕੀ ਹੁੰਦਾ ਹੈ, ਉੱਥੇ ਜਿਹੜੀ ਸਾਡੀ ਪਹਿਚਾਣ ਖੁਸਦੀ ਆ। ਜਦੋਂ ਤੁਸੀਂ ਆਉਣੇ ਆ ਨਾ, ਮੰਨ ਲਓ ਨੈਟਵਰਕਿੰਗ ਦੇ ਵਿੱਚ ਆ ਗਏ ਆ ਜਾਂ ਬ੍ਰਾਈਟਰਿੰਗ ਦੇ ਵਿੱਚ ਆ ਗਏ ਆ, ਤੁਹਾਡੇ ਤੁਹਾਡੀ ਟੀਮ ਦੇ ਲੇਵਲ ਹੋਣੇ ਚਾਹੀਦੇ ਆ, ਤਾਂ ਪਹਿਚਾਣ ਬਣੂਗੀ। ਔਰ ਇਹ ਪਹਿਚਾਣ ਬਣਾਉਣ ਵਾਸਤੇ ਤੁਹਾਨੂੰ ਦਿਨ ਰਾਤ ਇੱਕ ਕਰਨਾ ਪਊਗਾ। ਔਰ ਇੱਕ ਰਾਜਵਿੰਦਰ ਸੰਘਾ ਜੀ ਨੂੰ ਮੈਂ ਵਧਾਈਆਂ ਦੇਣਾ ਹੈਗਾ, ਕਿਉਂਕਿ ਬਾਬਾ ਉਹ ਵੀ ਬਾਬਾ ਜੀ ਹੈ ਸਾਡੇ, ਬਾਬਾ ਕੁਲਦੀਪ ਸਿੰਘ ਜੀ ਹੈ, ਜੋ ਮੇਰੇ ਨਾਲ ਪਹਿਲਾਂ ਆਦਰ ਨੈਟਵਰਕ ਦੇ ਵਿੱਚ ਕੰਮ ਕਰਦੇ ਰਹੇ ਸੀ। ਰਾਜਵਿੰਦਰ ਸਿੰਘ ਜੀ ਨੇ ਉਹਨਾਂ ਨੂੰ ਜੁਆਇਨ ਕਰਾਇਆ, ਉਹਨਾਂ ਦਾ ਵੀ ਬੜੀ ਖੁਸ਼ੀ ਵਾਲੀ ਗੱਲ ਕਿ ਉਹਨਾਂ ਦੇ ਇੱਕ ਦਿਨ ਦੇ ਵਿੱਚ ਹੀ 1 ਸਟਾਰ ਲੇਵਲ ਕੰਪਲੀਟ ਹੋ ਗਿਆ ਦੋਸਤੋ। ਮਤਲਬ ਇੰਨੇ 4 ਅਚੀਵਰ ਹੋ ਗਏ ਹੈ, ਬੜੀ ਖੁਸ਼ੀ ਹੁੰਦੀ ਹੈ। ਔਰ ਸੰਘਾ ਸਾਹਿਬ ਨੂੰ ਮੈਂ ਫੇਰ ਵਧਾਈਆਂ ਦਿੰਦਾ, ਕਿਉਂਕਿ ਇਹਨਾਂ ਨੇ ਵੀ ਬ੍ਰੈਂਡ ਨੂੰ ਸਿਲਵਰ ਡਾਇਰੈਕਟਰ ਡਨ ਕੀਤਾ, ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਦੋਸਤੋ। ਕਿਸੇ ਨੂੰ ਆਪਾਂ ਵਧਾਈਆਂ ਦਿੰਦੇ ਨਾ, ਅਗਲਾ ਅੱਗੋਂ 1.25 ਵਧਾਈਆਂ ਦਿੰਦਾ, ਕਿਉਂਕਿ ਮੈਨੂੰ ਪਤਾ ਹੈਗਾ ਕਿ ਜੇ ਕੋਈ ਵੀ ਬੰਦਾ ਹੈਗਾ, ਮਤਲਬ ਆਪਾਂ ਕਿਸੇ ਦੀ ਖੁਸ਼ੀ 'ਚ ਸ਼ਾਮਿਲ ਹੋਵਾਂਗੇ ਨਾ, ਪਰਮਾਤਮਾ ਵੀ ਆਪਾਂ ਨੂੰ ਖੁਸ਼ੀ ਦਿੰਦਾ ਹੈਗਾ। ਜੇ ਕੋਈ ਲੇਵਲ ਹੋ ਰਿਹਾ, ਜਿਵੇਂ ਗੌਰਵ ਸ਼ਾਹੀ ਜੀ ਨੂੰ ਮੈਂ ਵੀ ਵਧਾਈਆਂ ਦਿੰਦਾ, ਕਿਉਂਕਿ ਉਹਨਾਂ ਨੇ ਵੀ ਸਟਾਰ ਡਾਇਰੈਕਟਰ ਡਨ ਕੀਤਾ। ਗੌਰਵ ਸ਼ਾਹੀ ਦੀ ਮੈਂ ਗੱਲ ਕਰਦਾ, ਇੱਕ ਜੰਗ ਬਲੱਡ ਹੈਗਾ, ਔਰ ਜੰਗ ਬਲੱਡ ਦੇ ਵਿੱਚ ਕੀ ਹੁੰਦਾ ਕਿ ਤੁਸੀਂ ਕੋਸ਼ਿਸ਼ ਕਰੋ ਇਹਦੇ 'ਚ ਆਪਣੇ ਨਾ ਸਟੂਡੈਂਟ ਨੂੰ ਲੈ ਕੇ ਆਓ, ਜਿਹੜੇ ਸਟੂਡੈਂਟ ਹੈ ਜਿਨ੍ਹਾਂ ਨੇ +2 ਕਰ ਲਈ ਹੈ ਜਾਂ ਕੋਈ ਨੌਕਰੀ ਦੀ ਭਾਲ ਦੇ ਵਿੱਚ ਹੈਗੇ ਆ। ਸਿਰਫ ਹੁਣ ਆਪਾਂ ਮਰੀਜ਼ ਛੱਡ ਦਈਏ, ਔਰ ਜਦੋਂ ਅਸੀਂ ਬਲੱਡ ਜੰਗ ਨੂੰ ਲੈ ਕੇ ਆਵਾਂਗੇ ਨਵੇਂ ਨਵੇਂ। ਅੱਜ ਮੈਂ ਇੱਕ ਵੀਡੀਓ ਦੇਖੀ ਸੀ, ਲੜਕੀ ਮਤਲਬ ਉਹਨੇ 16 ਸਾਲ ਦੀ ਲੜਕੀ ਹੈ, ਜੋ 1.25 ਲੱਖ ਉਹਦੀ ਇਨਕਮ ਸੀਗੀ, ਉਹਨਾਂ ਤੋਂ ਸਾਨੂੰ ਕੁਛ ਸਿੱਖਣ ਨੂੰ ਮਿਲਦਾ ਹੈਗਾ ਦੋਸਤੋ। ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਕਿ ਜੇ ਅਸੀਂ ਕਿਸੇ ਨੂੰ ਵਧਾਈਆਂ ਦਿੰਦੇ ਹਾਂ, ਸਾਨੂੰ ਅੱਗੋਂ 1.25 ਵਧਾਈਆਂ ਮਿਲਦੀਆਂ, ਇਸੇ ਕਰਕੇ ਕਿਸੇ ਨੂੰ ਵਧਾਈ ਦੇਣ ਦੇ ਵਿੱਚ ਝਿਜਕ ਨਾ ਕਰਿਆ ਕਰੋ, ਕਿਉਂਕਿ ਜੇ ਵਧਾਈਆਂ ਦੇਵਾਂਗੇ 1.25 ਵਧਾਈਆਂ, ਮਤਲਬ ਉਦੋਂ ਜ਼ਿਆਦਾ ਮਿਲਣਗੀਆਂ। ਔਰ ਇਹ ਚੀਜ਼ ਹੁੰਦੀ ਹੈ ਦੋਸਤੋ, ਹਰੇਕ ਦੀ ਖੁਸ਼ੀ ਦੇ ਵਿੱਚ ਖੁਸ਼ ਰਿਹਾ ਕਰੋ, ਕਿਉਂਕਿ ਮੈਂ ਇੱਕ ਚੀਜ਼ ਦੇਖੀ ਹੈ, ਸਬਰ ਦਾ ਫਲ ਬਹੁਤ ਮਿੱਠਾ ਹੁੰਦਾ ਹੈ। ਔਰ ਜ਼ਿਆਦਾ ਵੀ ਸਬਰ ਨਹੀਂ ਕਰਨਾ ਕਿ ਆਪਾਂ ਵਰਕਿੰਗ ਨਾ ਕਰੀਏ, ਆਪਾਂ ਕਹਿੰਦੇ ਕੋਈ ਗੱਲ ਨਹੀਂ,
ਵੀ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਬ੍ਰਾਈਟ ਰੇਂਜ ਦੇ ਵਿੱਚ ਹੈ, ਪਰ ਬ੍ਰਾਈਟ ਰੇਂਜ ਦੇ ਵਿੱਚ ਸਾਡੇ ਲੇਵਲ ਨਹੀਂ ਹੋ ਰਹੇ ਹੈ, ਸਾਡਾ ਅੱਗੇ ਗਰੋਥ ਨਹੀਂ ਹੋ ਰਹੀ ਹੈ, ਫਿਰ ਉੱਥੇ ਗਲਤ ਪ੍ਰਭਾਵ ਪੈਂਦਾ। ਅਗਲਾ ਕਹਿੰਦਾ 4 ਸਾਲ ਤੋਂ 3 ਸਾਲ ਤੋਂ ਲੱਗਾ ਸਰ, ਤੁਹਾਡਾ ਗੋਲਡ ਸਟਾਰ ਹੀ ਨਹੀਂ ਹੋਇਆ ਸਰ, ਤੁਹਾਡਾ ਡਾਇਰੈਕਟਰ ਲੇਵਲ ਤੇ ਹੀ ਹੈ। ਇਹ ਚੀਜ਼ਾਂ ਸਾਨੂੰ ਸੋਚਣੀਆਂ ਪੈਣਗੀਆਂ ਜੇ ਅਸੀਂ ਆਪਣੇ ਆਪਣੀ ਪਹਿਚਾਣ ਬਣਾਉਣੀ ਹੈ, ਵੱਡੇ ਲੇਵਲਾਂ ਤੇ ਜਾਣਾ ਹੈਗਾ, ਤੇ ਸਾਨੂੰ ਆਪਣੇ ਲਈ ਦਿਨ ਰਾਤ ਇੱਕ ਕਰਨਾ ਪਊਗਾ। ਔਰ ਇਹ ਲੇਵਲ ਹੋ ਰਹੇ ਆ ਦੋਸਤੋ, ਅੱਜ ਵੀ ਹੋ ਰਹੇ ਆ ਨਾ, ਕਿਉਂਕਿ ਇੱਕ ਕਹਿੰਦੇ ਹੁੰਦੇ ਨਾ ਵੀ ਜਿਵੇਂ ਪੂਛ ਨੂੰ ਅੱਗ ਲੱਗੀ ਹੋਣੀ ਚਾਹੀਦੀ ਹੈ। ਇਹ ਨਹੀਂ ਹੈ ਕਿ ਮੰਨ ਲਓ ਮੈਂ ਆਪਦਾ ਕੰਮ ਕਰਦਾ ਜੀ, ਜਦੋਂ ਮੈਨੂੰ ਸਮਾਂ ਮਿਲਿਆ ਉਦੋਂ ਮੈਂ 1 ਘੰਟਾ 2 ਘੰਟੇ ਬ੍ਰਾਈਟ ਰੇਂਜ ਦੇ ਦੂੰ, ਫਿਰ ਬ੍ਰਾਈਟ ਰੇਂਜ ਵੀ ਤੁਹਾਨੂੰ ਉੱਥੇ ਜੀ ਰੱਖੂਗਾ। ਇਸੇ ਕਰਕੇ ਆਪਣੀ ਪਹਿਚਾਣ ਬਣਾਉਣ ਵਾਸਤੇ ਆਪਣੀ ਟੀਮ ਦੇ ਲੇਵਲ ਕਢਾਓ, ਕਿਉਂਕਿ ਟੀਮ ਦੇ ਲੇਵਲ ਕਢਾਉਣੇ ਬਹੁਤ ਜ਼ਰੂਰੀ ਹੈਗੇ ਦੋਸਤੋ। ਜੇ ਟੀਮ ਦੇ ਲੇਵਲ ਨਿਕਲਣਗੇ ਤਾਂ ਦੀ ਅੱਗੇ ਗਰੋਥ ਹੋਊਗੀ। ਜਿਹੜਾ ਨੈਟਵਰਕ ਹੈ ਇਹਦੀ ਇੱਕ ਟੀਮ ਦੀ ਪਾਵਰ ਹੈ, ਇੱਕ ਟੀਮ ਦੀ ਤਾਕਤ ਹੈਗੀ, ਆਪਾਂ ਕਹਿੰਦੇ ਨੈਟ, ਇਹਦੀ ਤਾਕਤ ਹੈਗੀ ਹੈ। ਜਿੰਨਾ ਵੱਡਾ ਤੁਹਾਡਾ ਨੈਟਵਰਕ ਹੋਊਗਾ ਉਨਾ ਵੱਡਾ ਤੁਹਾਡਾ ਚੈੱਕ ਹੋਊਗਾ ਦੋਸਤੋ। ਪਰ ਉਹਦੇ ਲਈ ਸਾਨੂੰ ਆਪਣੇ ਕੰਫਰਟ ਜ਼ੋਨ ਚੋਂ ਬਾਹਰ ਨਿਕਲਣਾ ਪੈਣਾ, ਸਾਨੂੰ ਲੋਕਾਂ ਦਾ ਸਾਹਮਣਾ ਕਰਨਾ ਪੈਣਾ, ਲੋਕਾਂ ਦੇ ਘਰੇ ਜਾਣਾ ਪੈਣਾ, ਇਹਦੇ ਬਾਰੇ ਦੱਸਣਾ ਪੈਣਾ। ਲੋਕ ਕੀ ਕਹਿਣਗੇ ਉਹਦੇ ਬਾਰੇ ਨਾ ਸੋਚੋ, ਸੁਪਨੇ ਤੁਹਾਡੇ ਆ, ਬੱਚੇ ਤੁਹਾਡੇ ਆ, ਫਿਰ ਅਸੀਂ ਲੋਕਾਂ ਦੀ ਪਰਵਾਹ ਕਿਉਂ ਕਰਦੇ ਹਾਂ ਦੋਸਤ? ਮੈਂ ਨਹੀਂ ਪਰਵਾਹ ਕਰਦਾ ਦੋਸਤੋ, ਨਾ ਹੀ ਪਰਵਾਹ ਕੀਤੀ ਹੈ ਨਾ ਕਿਸੇ ਦੀ ਕਰਨੀ ਹੈ, ਕਿਉਂਕਿ ਇੱਕ ਚੀਜ਼ ਹੈ ਜੇ ਬੱਚੇ ਮੇਰੇ, ਮੈਨੂੰ ਪਤਾ ਕਿ ਮੇਰੀ ਜ਼ਿੰਦਗੀ ਜਿਹੋ ਜਿਹੀ ਗਈ ਹੈ, ਜੇ ਮੈਂ ਸਟਰਗਲ ਕੀਤਾ ਹੈ, ਅੱਜ ਮੈਂ ਆਪਣੇ ਸਟਰਗਲ ਕਰਕੇ ਇੱਥੋਂ ਤੱਕ ਪਹੁੰਚਿਆ, ਉਹਦੇ ਲਈ ਮੈਂ ਆਪਣੇ ਬੱਚਿਆਂ ਨੂੰ ਨਹੀਂ ਚਾਹੁੰਦਾ ਕਿ ਮੇਰੇ ਬੱਚੇ ਵੀ ਇੰਨਾ ਇਹੋ ਦਿਨ ਦੇਖਣ, ਸਟਰਗਲ ਕਰਨ ਜਾਂ ਹਰ ਚੀਜ਼ ਨਾਲ ਸਮਝੌਤੇ ਕਰਨ। ਇਸੇ ਕਰਕੇ ਆਪਣੇ ਵਾਸਤੇ ਨਹੀਂ, ਆਪਣੇ ਬੱਚਿਆਂ ਵਾਸਤੇ ਮਿਹਨਤ ਕਰੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਬੱਚੇ ਵਧੀਆ ਜ਼ਿੰਦਗੀ ਜਿਉਣ ਔਰ ਤੁਹਾਡਾ ਵੀ ਮਾਣ ਸਤਿਕਾਰ ਹੋਵੇ, ਕਿਉਂਕਿ ਇਹ ਕਹਿੰਦੇ ਪੈਸਾ ਖੁਦਾ ਵੀ ਨਹੀਂ ਤੇ ਖੁਦਾ ਤੋਂ ਘੱਟ ਵੀ ਨਹੀਂ ਹੈ। ਜਦੋਂ ਬੜਾ ਪਾਉਂਦਾ ਦੋਸਤੋ, ਉਦੋਂ ਪੈਸੇ ਦੀ ਅਹਿਮੀਅਤ ਦਾ ਪਤਾ ਲੱਗਦਾ ਕਿ ਪੈਸਾ ਜੇ ਤੁਹਾਡੇ ਖਾਤੇ 'ਚ ਹੋਊਗਾ ਨਾ, ਤੁਹਾਡੇ ਕੋਲੇ ਕੁਝ ਪ੍ਰਾਪਰਟੀ ਹੋਊਗੀ ਤੇ ਤੁਹਾਡੀ ਜਿਹੜੀ ਵੈਲਿਊ ਆ, ਤੁਹਾਡੀ ਜਿਹੜੀ ਸੇਵਾ ਵੀ ਵਧੀਆ ਹੋਊਗੀ। ਨਹੀਂ ਤਾਂ ਤੁਹਾਨੂੰ ਪਤਾ ਅੱਜ ਦੇ ਹਾਲਾਤ ਕਿਹੋ ਜਿਹੇ ਹੈਗੇ ਆ, ਕਿਉਂਕਿ ਪੈਸਾ ਹੋਣਾ ਬਹੁਤ ਜ਼ਰੂਰੀ ਹੈਗਾ, ਪੈਸੇ ਦੇ ਨਾਲ ਨਾਲ ਮਾਣ ਸਤਿਕਾਰ ਵੀ ਹੁੰਦਾ ਹੈਗਾ, ਕਿਉਂਕਿ ਜਿਵੇਂ ਨਰਮਲ ਸਰ ਕਹਿੰਦੇ ਹੁੰਦੇ ਵੀ ਜਿਵੇਂ ਜਿਵੇਂ ਤੁਹਾਡੇ ਬੁਢਾਪਾ ਆਊਗਾ, ਤੁਹਾਡੇ ਹੱਥ ਵਧੀਆ ਖੁੰਡੀ ਹੋਊਗੀ ਔਰ ਚਿੱਟੇ ਕੱਪੜੇ ਪਾਏ ਹੋਣਗੇ, ਵਧੀਆ ਕੁਰਸੀ ਡੱਥੀ ਹੋਊਗੀ, ਤੁਹਾਨੂੰ ਲੋਕ ਰਿਸਪੈਕਟ ਕਰਨਗੇ, ਤੁਹਾਡੇ ਘਰ ਦੇ ਵੀ ਰਿਸਪੈਕਟ ਕਰਨਗੇ ਕਿ ਸਾਡੇ ਬਾਪੂ ਨੇ ਸਾਨੂੰ ਕਰੋੜਪਤੀ ਬਣਾਤਾ, ਕਿਉਂਕਿ ਬ੍ਰਾਈਟ ਰੇਂਜ ਦੇ ਵਿੱਚ ਆਪਾਂ ਕਰੋੜਪਤੀ ਬਣ ਸਕਦੇ ਹਾਂ, ਕਿਉਂਕਿ ਆਪਣੇ ਕੋਲੇ ਆਪਸ਼ਨ ਹੀ ਬਹੁਤ ਵਧੀਆ ਹੈਗੀ ਹੈ। ਔਰ ਸਭ ਤੋਂ ਵੱਡੀ ਗੱਲ ਹੈਗੀ ਕਿ ਇਹਦੇ ਲਈ ਜੇ ਅਸੀਂ ਬ੍ਰਾਈਟ ਰੇਂਜ ਦੇ ਵਿੱਚ ਸਫਲ ਹੋਣਾ ਹੈ, ਸਾਨੂੰ ਦੋਸਤੋ ਦਿਨ ਰੱਖ ਕੇ ਇੱਕ ਇੱਕ ਕਰਨਾ ਪਊਗਾ। ਔਰ ਕਈ ਵਾਰੀ ਅਸੀਂ ਘਰੇ ਬੈਠੇ ਬੈਠੇ ਸੋਚੀ ਜਾਂਦੇ ਮੈਂ ਕਿਹਦੇ ਕੋਲੇ ਜਾਵਾਂ, ਉਧਰ ਗਿਆ ਜਾਊਂਗਾ ਉਹ ਨਾ ਕਰ ਦੂਗਾ, ਜਾਂ ਮੈਂ ਘਰੋਂ ਜੇ ਮੰਨ ਕੇ ਚਲੋ ਮੈਂ ਕਿਤੇ ਚਲਾ ਗਿਆ, ਮੇਰੇ ਦੋਸਤੋ ਦਾ ਪੈਟਰੋਲ ਨਿਕਲ ਜੂਗਾ, ਇਹ ਚੀਜ਼ਾਂ ਨਹੀਂ ਸੋਚਣੀਆਂ। ਮੰਨ ਕੇ ਚਲੋ ਇੱਕ ਦਿਨ ਤੁਸੀਂ ਖਾਲੀ ਜਾਓਗੇ, 2 ਦਿਨ ਖਾਲੀ ਜਾਓਗੇ, ਹੋ ਸਕਦਾ 7 ਦਿਨ ਦੇ 10 ਦਿਨਾਂ ਦੇ ਵਿੱਚ ਇੱਕ ਦਿਨ ਤੁਹਾਨੂੰ ਕੋਈ 10 ਪ੍ਰੋਡਕਟ ਲੈਣ ਵਾਲਾ ਮਿਲ ਜੇ, ਤੇਲ ਤਾਂ ਤੁਹਾਡਾ ਲੱਗਾ ਹੋਗਾ ਵੱਧ ਤੋਂ 500 ਦਾ ਲੱਗੂ, ਉਦੋਂ ਜ਼ਿਆਦਾ ਡਬਲ ਆ ਗਿਆ। ਫਿਰ ਵੀ ਇਸੇ ਕਰਕੇ ਜੇ ਅਸੀਂ ਕੁਝ ਬੀਜਾਂਗੇ ਤਾਂ ਦੀ ਵੱਢਾਂਗੇ। ਇੱਕ ਕਿਸਾਨ ਅਲੀ ਦੇਖ ਲਓ, ਕਿਸਾਨ ਕੀ ਕਰਦਾ ਹੈਗਾ, ਪਹਿਲਾਂ ਪੈਲੀ ਨੂੰ ਵਾਉਂਦਾ, ਪਾਣੀ ਦਿੰਦਾ ਹੈਗਾ, ਫਿਰ ਉਹਦੇ ਤੇ ਬੀਜ ਬੀਜਦਾ ਹੈਗਾ, ਉਹ 6 ਮਹੀਨੇ ਵੇਟ ਕਰਦਾ ਹੈਗਾ ਉਹ ਫਸਲ ਨੂੰ ਲਿਆਉਣ ਵਾਸਤੇ। ਮੈਂ ਨਾ ਕਿਸਾਨ ਨੂੰ ਤਾਂ ਹੀ ਕਹਿੰਦੇ ਵੀ ਖੇਤੀ ਕਰਮਾ ਛੇਤੀ, ਮਤਲਬ ਖਰਚਾ ਕਰਤਾ, ਇੰਨਾ ਜ਼ਿਆਦਾ ਖਰਚਾ ਕਰਤਾ, ਉਦੋਂ ਬਾਅਦ ਚ ਫਸਲ ਉਹਦੇ ਘਰੇ ਆਊਗੀ ਤਾਂ ਦੀ ਉਹਦੀ ਹੈਗੀ ਹੈ, ਨਹੀਂ ਤਾਂ ਕੁਛ ਵੀ ਹੋ ਸਕਦਾ ਦੋਸਤੋ। ਤੇ ਜਿਹੜਾ ਸਾਡਾ ਬਿਜ਼ਨਸ ਹੈਗਾ ਨੈਟਵਰਕ, ਇਹਦੇ ਵਿੱਚ ਕੀ ਕਰਨਾ, ਸਟਾਰਟਿੰਗ ਦੇ ਵਿੱਚ ਜ਼ਰੂਰ ਧੂੰਆਂ ਨਿਕਲਦਾ, ਲੋਕ ਵਿਰੋਧ ਵੀ ਕਰਨਗੇ, ਲੋਕ ਤੁਹਾਨੂੰ ਗੱਲਾਂ ਵੀ ਕਰਨਗੇ, ਉਹਨਾਂ ਦੀ ਪਰਵਾਹ ਨਹੀਂ ਕਰਨੀ। ਉਹ ਤੁਹਾਨੂੰ ਪਤਾ ਜੇ ਤੁਹਾਨੂੰ ਅੱਜ ਇਸ ਸਿਸਟਮ ਦੀ ਲੋੜ ਹੈਗੀ ਹੈ, ਤੇ ਹਰੇਕ ਬੰਦੇ ਨੂੰ ਸਿਸਟਮ ਦੀ ਲੋੜ ਹੈਗੀ ਹੈ, ਪਰ ਉਹਦੇ ਲਈ ਉਹਨੂੰ ਸਮਝਾਉਣਾ ਪਊਗਾ, ਉਹਦੀ ਕਾਉਂਸਲਿੰਗ ਕਰਨੀ ਪਊਗੀ, ਕਿਉਂਕਿ ਨੈਟਵਰਕ ਤੋਂ ਲੋਕ ਦੁਖੀ ਹੈ, ਕੰਪਨੀਆਂ ਤੋਂ ਦੁਖੀ ਹੈ। ਕਿਉਂ ਦੁਖੀ ਹੈ? ਕਿਉਂਕਿ ਲੋਕਾਂ ਨਾਲ ਫਰਾਡ ਹੋਇਆ,
ਲੋਕਾਂ ਨੂੰ ਸਬਜ਼ ਬਾਜ਼ ਦਿਖਾਏ ਜਾਂਦੇ ਕਿ ਤੁਸੀਂ ਇੱਥੇ ਜੀ 5,000 ਰੁਪਇਆ ਲਾਓ, 6 ਮਹੀਨਿਆਂ ਦੇ ਵਿੱਚ ਤੁਹਾਨੂੰ 50,000 ਰੁਪਇਆ ਆ ਜਾਊਗਾ। ਜੇ ਤੁਸੀਂ 1,00,000 ਰੁਪਇਆ ਲਾਉਂਦੇ ਹੋ ਤਾਂ ਤੁਹਾਨੂੰ 6 ਮਹੀਨਿਆਂ ਦੇ ਵਿੱਚ ਤੁਹਾਡੇ ਡਬਲ ਹੋ ਜਾਣਗੇ। ਤੁਸੀਂ ਇੱਕ ਚੀਜ਼ ਸੋਚਣ ਵਾਲੇ ਹੈਗੀ ਹੈ ਕਿ ਜੇ ਅੱਜਕੱਲ੍ਹ ਸਾਡੀਆਂ ਸਰਕਾਰੀ ਬੈਂਕਾਂ ਜਾਂ ਕੋਈ ਵੀ ਬੈਂਕਾਂ ਡਬਲ 9 ਸਾਲਾਂ ਦੇ ਵਿੱਚ ਦੇ ਰਹੀਆਂ ਹੈ, ਇਹੋ ਜਿਹੀ ਉਹਨਾਂ ਕੋਲ ਕਿਹੜੀ ਛੜੀ ਹੈਗੀ ਹੈ, ਕਿਹੜੀ ਇਹੋ ਜਿਹੀ ਬੂਟੀ ਹੈਗੀ ਜਿਹੜੀ ਤੁਹਾਨੂੰ 6 ਮਹੀਨਿਆਂ ਦੇ ਵਿੱਚ ਪੈਸੇ ਡਬਲ ਦੇ ਦੇਣਗੇ, 200% ਕਹਿੰਦੇ ਗਰੋਥ ਹੋਊਗੀ। ਇਹ ਸਭ ਫਰੌਡ ਹੈ ਦੋਸਤੋ। ਅੱਜ ਤੱਕ ਮੈਂ ਤਾਂ ਕਿਸੇ ਨੂੰ ਦੇਖਿਆ ਨਹੀਂ ਹੈ ਕਿ ਲੋਕ ਕਰੋੜਪਤੀ ਬਣੇ ਹੋਣ, ਪਰ ਮੈਂ ਇਹ ਦੇਖਿਆ ਹੈਗਾ ਵੀ ਲੋਕੀ ਬਹੁਤ ਕੁਝ ਕਹਿੰਦੇ ਕਿ ਮੇਰੇ ਖਾਤੇ 'ਚ ਇੰਨੇ ਪੈਸੇ ਜਿਹਨੂੰ ਆਪਾਂ ਛੂ ਹੀ ਨਹੀਂ ਸਕਦੇ, ਜਿਹਨੂੰ ਮਹਿਸੂਸ ਹੀ ਨਹੀਂ ਕਰ ਸਕਦੇ, ਫਾਇਦਾ ਕੀ? ਅਸੀਂ ਇੱਥੇ ਪ੍ਰੋਡਕਟ ਦਿੱਤਾ, ਉਦੋਂ ਬਾਅਦ ਉਹਦਾ ਮੰਨ ਲਓ ਜਿਵੇਂ ਪੈਸੇ ਲਏ ਉਹਨੂੰ ਪ੍ਰੋਡਕਟ ਦਿੱਤਾ, ਕੋਈ ਲਾਂਭੇ ਵਾਲਾ ਕੰਮ ਨਹੀਂ ਹੈ। ਇਸੇ ਕਰਕੇ ਦੋਸਤੋ ਮੇਨ ਆਪਾਂ ਜੇ ਗੱਲ ਕਰੀਏ ਨਾ, ਕੁਝ ਪੁਆਇੰਟ ਹੈਗੇ ਆ ਕਿ ਆਪਣੀ ਜ਼ਿੰਦਗੀ ਦੇ ਵਿੱਚ ਸਕਸੈਸ ਹੋਣ ਵਾਸਤੇ ਸਾਨੂੰ ਆਪਣੇ ਆਪ ਨੂੰ ਬਦਲਣਾ ਪਊਗਾ, ਸਾਨੂੰ ਆਪਣੇ ਆਪ ਨੂੰ ਬਦਲਣਾ ਪਊਗਾ। ਜਿਹੜੀ ਆਪਣੀ ਮਤਲਬ ਹਰੇਕ ਲੀਡਰ ਦਾ, ਹਰੇਕ ਬੰਦੇ ਦਾ ਜੀ ਕਰਦਾ ਮੈਂ ਘਰੇ ਬੈਠਾ, ਗਰਮੀ ਦੇ ਵਿੱਚ ਏਸੀ ਦੇ ਵਿੱਚ ਬੈਠਾ, ਔਰ ਜੋ ਸਿਆਲਾਂ ਦੇ ਵਿੱਚ ਕੀ ਲੋੜ ਹੈ ਮੋਟਰਸਾਈਕਲ ਤੇ ਜਾਣ ਦੀ, ਮੋਟਰਸਾਈਕਲ ਤੇ ਜਾਵਾਂਗੇ ਦੋਸਤੋ, ਪ੍ਰਮਾਤਮਾ ਤੁਹਾਡੀ ਮਿਹਨਤ ਵੇਂਦਾ ਹੈ। ਜੇ ਤੁਸੀਂ ਅੱਜ ਸੰਘਰਸ਼ ਕਰ ਰਹੇ ਹੋ ਨਾ, ਤੁਸੀਂ ਮਿਹਨਤ ਕਰ ਰਹੇ ਹੋ, ਤੁਹਾਡੀ ਜਿਹੜੀ ਮਿਹਨਤ ਹੈ ਵਿਅਰਥ ਨਹੀਂ ਜਾਊਗੀ, ਮੈਥੋਂ ਲਿਖਾ ਲਓ ਸਟਾਂਪ ਪੇਪਰ ਤੇ। ਕਿਉਂਕਿ ਜੇ ਅਸੀਂ ਕਰੋੜਾਂ ਰੁਪਏ ਦੀ ਗੱਲ ਕਰਦੇ ਨੇ, ਜੇ ਕਿਸੇ ਨੇ 50,000 ਦੀ ਜਾਂ 10,000 ਦੀ ਨੌਕਰੀ ਲੈਣੀ, ਉਹਦਾ ਇੰਟਰਵਿਊ ਕਿੱਡਾ ਵੱਡਾ ਹੁੰਦਾ ਹੈ। ਇਵੇਂ ਜੇ ਅਸੀਂ 1,00,000 ਰੁਪਏ ਦੀ ਗੱਲ ਕਰਨੀ ਹੈ ਨਾ ਦੋਸਤੋ, ਸਾਡਾ ਵੀ ਇੰਟਰਵਿਊ ਬਹੁਤ ਵੱਡਾ ਹੋਊਗਾ, ਸਾਨੂੰ ਦਿੱਕਤਾਂ ਪਰੇਸ਼ਾਨੀਆਂ ਇਹ ਚੈਲੰਜ ਹੈ ਆਉਣਗੇ। ਪਰਮਾਤਮਾ ਵੀ ਵੇਂਦਾ ਹੁੰਦਾ ਕਿ 1,00,000-2,00,000 ਦੇ ਕਾਬਿਲ ਹੈਗਾ ਕਿ ਨਹੀਂ ਹੈਗਾ। ਇਸੇ ਕਰਕੇ ਆਪਣੇ ਜੋ ਵੀ ਤੁਸੀਂ ਕੰਮ ਕਰਦੇ ਹੋ ਉਹਦੇ ਨਾਲ ਨਾਲ ਜੇ ਤੁਸੀਂ ਲੱਗੇ ਰਹਿੰਦੇ ਹੋ, ਪਰ ਇਹਨੂੰ ਪ੍ਰੋਪਰ ਤੁਹਾਨੂੰ ਟਾਈਮ ਦੇਣਾ ਪਊਗਾ। ਔਰ ਮੈਂ ਇਹੀ ਰਿਕਵੈਸਟ ਕਰੂੰਗਾ ਦੋਸਤੋ, ਹੁਣ ਆਪਾਂ ਬਿਜ਼ਨਸ ਨੂੰ ਪ੍ਰਮੋਟ ਕਰੀਏ, ਕਿਉਂਕਿ ਪ੍ਰੋਡਕਟ ਦੇ ਰਿਜ਼ਲਟ ਆਪਣੇ ਕੋਲੇ ਬਹੁਤ ਆ ਗਏ ਹੈ। ਮੈਂ ਇਹੀ ਆਪਾਂ ਥੋੜਾ ਉਪਰਾਲਾ ਕੀਤਾ ਕਿ ਜਿਹੜਾ ਹੁਣ ਜੂਮ ਮੀਟਿੰਗ ਜਾਂ ਓਪਨ ਮੀਟਿੰਗ ਦੇ ਵਿੱਚ ਆਪਾਂ ਆ ਰਹੇ ਹਾਂ, ਉੱਥੇ ਸਾਡਾ ਜਿਹੜਾ ਹੈਗਾ ਨਾ, ਪਹਿਲਾਂ ਫਸਟ ਇੰਪ੍ਰੈਸ਼ਨ ਲਾਸਟ ਇੰਪ੍ਰੈਸ਼ਨ ਹੋ ਜਾਂਦਾ ਹੈ। ਔਰ ਜੇ ਅਸੀਂ ਜੂਮ ਮੀਟਿੰਗ ਦੇ ਵਿੱਚ ਓਪਨ ਮੀਟਿੰਗ ਦੇ ਵਿੱਚ ਜਾ ਰਹੇ ਹਾਂ, ਜਦੋਂ ਸਾਨੂੰ ਬੁਲਾਇਆ ਜਾ ਰਿਹਾ, ਸਾਨੂੰ ਬੁਲਾਇਆ ਜਾ ਰਿਹਾ, ਆਪਾਂ ਕਹਿੰਦੇ ਵੀ 1 ਸਟਾਰ ਦੌੜ ਕੇ ਸਟੇਜ ਤੇ ਆਉਣਗੇ, ਉੱਥੇ ਜਿਹੜੀ ਤੁਹਾਡੀ ਸਪੀਚ ਹੈ, ਮਤਲਬ ਉਹ ਤੁਹਾਡੀ ਤਿਆਰੀ ਹੋਣੀ ਚਾਹੀਦੀ ਹੈ ਕਿ ਸਿਰਫ 5 ਹੀ ਸ਼ਬਦ ਬੋਲਣੇ ਹੁੰਦੇ। ਸਰ ਮੇਰਾ ਨਾਮ ਕੁਲਵਿੰਦਰ ਹੈ, ਮੇਰਾ ਪਿੰਡ ਕੋਰੇ ਵਾਲਾ ਹੈਗਾ, ਮੈਂ ਡਾਕਟਰ ਪੇਸ਼ੇ ਨਾਲ ਸੰਬੰਧਿਤ ਸੀਗਾ, ਔਰ ਅੱਜ ਇਹ ਬਿਜ਼ਨਸ ਦੇ ਵਿੱਚ ਮੈਨੂੰ ਤਕਰੀਬਨ 3.5 ਸਾਲ ਹੋ ਗਏ, 3.5 ਸਾਲਾਂ ਦੇ ਵਿੱਚ ਮੈਂ ਇੰਨੀ ਇਨਕਮ ਕਮਾ ਚੁੱਕਾ ਹਾਂ। ਮੇਰੇ ਸੀਨੀਅਰ ਜਿਨ੍ਹਾਂ ਨੇ ਮੈਨੂੰ ਬਿਜ਼ਨਸ ਦਿੱਤਾ ਉਹ ਫਲਾਣੇ ਹੈਗੇ। ਬਸ ਇੰਨੀਆਂ ਚੀਜ਼ਾਂ ਕਹਿਣ ਦੀ ਲੋੜ ਹੈਗੀ ਹੈ ਕਿ ਮੈਂ ਕੋਈ ਹਾਊਸ ਵਾਈਫ ਹੈ, ਹਾਊਸ ਬਾਰੇ ਵਾਈਫ ਬਾਰੇ ਦੱਸ ਸਕਦੀ ਕਿ ਮੈਂ ਕਰਦਾ ਕੰਮ ਕਿਹਨੂੰ। ਇਹ ਚੀਜ਼ਾਂ ਜਦੋਂ ਤੁਸੀਂ ਸਟੇਜ ਤੇ ਆਉਂਦੇ ਹੋ ਬਹੁਤ ਮਿਹਨਤ ਕਰਦੀਆਂ ਹੈਗੀਆਂ। ਲੋਕ ਪਲਾਨ ਨਹੀਂ ਦੇਖਦੇ, ਲੋਕ ਤੁਹਾਡਾ ਆਈ ਕੰਟੈਕਟ ਨਹੀਂ ਦੇਖਦੇ, ਤੁਹਾਡਾ ਕੰਫੀਡੈਂਸ ਦੇਖਦੇ ਆ। ਔਰ ਜੇ ਮੰਨ ਕੇ ਚਲੋ ਮੈਂ ਹਰ ਵਾਰ ਕਹਿੰਦਾ ਦੋਸਤੋ, ਆਪਣੇ ਆਪ ਨੂੰ ਬਦਲ ਲਓ, ਜੇ ਪਲਾਨ ਨਹੀਂ ਆਉਂਦਾ ਤਾਂ ਪਲਾਨ ਸਿੱਖ ਲਓ, ਆਈਡੀ ਨਹੀਂ ਲਗਾਉਣੀ ਆਉਂਦੀ ਤਾਂ ਲਗਾਉਣੀ ਸਿੱਖ ਲਓ, ਕਿਉਂਕਿ ਜੇ ਆਈਡੀ ਤੁਸੀਂ, ਮੈਂ ਨਾ ਵੀ ਤੁਸੀਂ ਸੱਚ ਨਹੀਂ ਮੰਨਣਾ, ਮੈਂ ਘੱਟ ਤੋਂ ਘੱਟ ਵੀ 10 ਵੇਰੀ 15 ਵੇਰੀ ਆਪਣੀ ਆਈਡੀ ਖੋਲ ਕੇ ਦੇਖਦਾ ਵੀ ਕੋਈ ਕਿਸੇ ਪਾਸੇ ਬਿਜ਼ਨਸ ਆਇਆ ਜਾਂ ਕੀ ਹਲਚਲ ਹੋਈ। ਅਸੀਂ ਜਿੰਨਾ ਆਪਣੇ ਬਿਜ਼ਨਸ ਨੂੰ ਪਿਆਰ ਕਰਾਂਗੇ ਉਨੇ ਅਸੀਂ ਕਾਮਯਾਬ ਹੋਣ। ਜੇ ਆਪਾਂ ਆਪਣੀ ਆਈਡੀ ਖੋਲ ਕੇ ਨਹੀਂ ਦੇਖਾਂਗੇ ਤੇ ਪ੍ਰਮਾਤਮਾ ਨੇ ਕਹਿਣ ਨੂੰ ਤਾਂ ਲੋੜ ਹੀ ਨਹੀਂ ਹੈ। ਇਸੇ ਕਰਕੇ ਆਪਣੇ ਬਿਜ਼ਨਸ ਨੂੰ ਪਿਆਰ ਕਰੋ, ਆਪਣੀ ਆਈਡੀ ਖੋਲ ਕੇ ਦੇਖੋ ਔਰ ਆਈਡੀ ਲਗਾਉਣਾ ਸਿੱਖੋ। ਕਿਉਂਕਿ ਨੈਟਵਰਕ ਦੇ ਵਿੱਚ ਦੋਸਤੋ ਦੋ ਹੀ ਚੀਜ਼ਾਂ ਹੁੰਦੀਆਂ, ਸਿਰਫ ਦੋ ਹੀ ਪਰਸਨ ਚਾਹੀਦੇ ਆਪਾਂ ਨੂੰ, ਇੱਕ ਏ ਔਰ ਬੀ, ਇੱਕ ਲੈਫਟ ਇੱਕ ਰਾਈਟ। ਉਸ ਤੋਂ ਬਾਅਦ ਜਿੰਨਾ ਵੀ ਤੁਹਾਡਾ ਬਿਜ਼ਨਸ ਹੈ, ਕਦੇ ਵੀ ਕਿਸੇ ਦੀ ਵੀਕਰ 'ਚ ਨਾ ਜਾਓ, ਲੈਫਟ ਔਰ ਰਾਈਟ ਹੀ ਆਪਣੇ ਤੋਂ ਡਾਇਰੈਕਟ ਸਪੌਂਸਰ ਕਰਦੇ ਜਾਓ, ਉਹਦੇ 'ਚ ਆਉਣ ਵਾਲੇ ਸਮੇਂ 'ਚ ਤੁਹਾਡਾ ਬਹੁਤ ਵੱਡਾ ਬਿਜ਼ਨਸ ਬਣ ਜਾਊਗਾ। ਕਹਿੰਦੇ ਨੇਕੀ ਕਰ ਖੂਏ ਮੇਂ ਡਾਲ, ਫਲ ਦੀ ਆਸ਼ਾ ਨਾ ਰੱਖ, ਆਪਣਾ ਆਪਣਾ ਕੰਮ ਕਰਦੇ ਰਹੋ। ਔਰ ਲੋਕ ਮਿਲਦੇ ਆ ਦੋਸਤੋ, ਅੱਜ ਇੰਨੀ ਬੇਰੁਜ਼ਗਾਰੀ ਹੈਗੀ ਹੈ ਨਾ, ਲੋਕ ਬਾਹਰ ਨੂੰ ਜਾ ਰਹੇ ਸੀ, ਹੁਣ ਬਾਹਰ ਨੂੰ ਚਲੋ ਆਈਲੈਟਸ ਇਹਨਾਂ ਨੇ ਬੰਦ ਕਰਤਾ,
ਉਹ ਤਾਂ ਹੁਣ ਬੱਚੇ ਘੱਟ ਗਏ ਹੈਗੇ ਆ, ਜਿਹੜੀ ਉਹਦੀਆਂ ਟਿਕਟਾਂ ਵੀ ਘੱਟ ਗਈਆਂ। ਮਤਲਬ ਕਹਿਣ ਦਾ ਭਾਵ ਆ ਕਿ ਅਸੀਂ ਬ੍ਰਾਈਟ ਰੇਂਜ ਬਿਜ਼ਨਸ ਦੇ ਵਿੱਚ ਆਏ ਹਾਂ ਤੇ ਸਾਨੂੰ ਜ਼ਿੰਮੇਵਾਰੀ ਲੈਣੀ ਪਊਗੀ, ਜ਼ਿੰਮੇਵਾਰੀ ਲੈਣੀ ਪਊਗੀ ਪਹਿਲਾਂ, ਫਿਰ ਆਪਣੀ ਟੀਮ ਨੂੰ ਜ਼ਿੰਮੇਵਾਰੀ ਦੇਣੀ ਪਊਗੀ। ਔਰ ਜਿਹੜਾ ਪਰਸਨ ਆਪਣੀ ਟੀਮ ਦੇ ਵਿੱਚ ਵੱਧ ਤੋਂ ਵੱਧ ਮੀਟਿੰਗ ਦੇ ਵਿੱਚ ਪਰਸਨ ਬਿਠਾਉਣ ਲੱਗ ਪਿਆ, ਉਹਦੀ ਗਰੋਥ ਪੱਕੀ ਹੈ। ਆਪਣੀ ਜੂਮ ਮੀਟਿੰਗ ਦੇ ਵਿੱਚ ਜੇ ਤੁਸੀਂ ਮੰਨ ਲਓ ਕੋਸ਼ਿਸ਼ ਕਰੋ, ਆਪਾਂ ਡੇਲੀ ਇਕੱਲੇ ਹੀ ਬੈਠਦੇ ਹਾਂ, ਜੇ ਸਾਡੇ ਨਾਲ ਦੋ ਚਾਰ ਪਰਸਨ ਬੈਠਣਗੇ, ਇੱਕ ਉਹ ਸਾਡੀ ਹੀ ਇੱਕ ਗਰੋਥ ਵਧੂਗੀ, ਕੁੱਕੂ ਵੀ ਸਿੱਖੂਗਾ। ਔਰ ਪਤਾ ਨਹੀਂ, ਇੱਕ ਕਹਿੰਦੇ 21 ਦਿਨ ਦਾ ਪ੍ਰੋਸੈਸ ਹੁੰਦਾ ਕਿ 21 ਦਿਨ ਅਸੀਂ ਜੇ ਅਸੀਂ ਕੋਈ ਵੀ ਚੀਜ਼ ਕਰਨ ਲੱਗ ਪਈਏ, ਆਟੋਮੈਟਿਕਲੀ ਉਹ ਚੀਜ਼ਾਂ ਸਾਡੇ ਨਾਲ ਹੋ ਜਾਂਦੀਆਂ ਹੈਗੀਆਂ ਦੋਸਤੋ। ਠੀਕ ਹੈ, ਇਸੇ ਕਰਕੇ ਧਿਆਨ ਰੱਖੋ। ਆਪਾਂ ਕਹਿੰਦੇ ਹੁੰਦੇ ਕਿ 21 ਦਿਨ ਅਸੀਂ ਜੇ ਜੂਮ ਸੈਸ਼ਨ ਅਸੀਂ ਖੁਦ ਦੇਖ ਲਈਏ 21 ਦਿਨ ਲਗਾਤਾਰ, ਤੇ ਦੋਸਤੋ 22ਵੇਂ ਦਿਨ ਸਾਡੀ ਇੱਕ ਆਦਤ ਬਣ ਜਾਂਦੀ ਹੈ, ਸਾਨੂੰ ਇੱਕ ਉਹ ਸਮਾਂ ਆ ਜਾਂਦਾ, ਸਾਨੂੰ ਐਂ ਲੱਗਦਾ ਕਿ ਸਾਰਾ ਅੱਜ ਲਿੰਕ ਨਹੀਂ ਪਾਇਆ। ਔਰ ਇਹ ਚੀਜ਼ਾਂ ਹੁੰਦੀਆਂ ਹੋਈਆਂ, ਕਿਉਂਕਿ ਜੇ ਇੱਕ ਦਿਨ ਲਿੰਕ ਲੇਟ ਹੋ ਜਾਏ ਨਾ, ਟੀਮਾਂ ਚੋਂ ਫੋਨ ਆਉਣ ਲੱਗ ਪੈਂਦੇ ਕਿ ਸਰ ਅੱਜ ਜੂਮ ਮੀਟਿੰਗ ਦਾ ਲਿੰਕ ਨਹੀਂ ਪਾਇਆ। ਔਰ ਜਿਸ ਤਰ੍ਹਾਂ ਅੱਜ ਤੁਹਾਨੂੰ ਮਹਿਸੂਸ ਹੁੰਦਾ ਕਿ ਨਾ ਜਦੋਂ 7:30 ਵੱਜਦੇ ਹੈ, ਆਪਣਾ ਆਟੋਮੈਟਿਕਲੀ ਮੋਬਾਈਲ ਦੀ ਧਿਆਨ ਜਾਂਦਾ ਹੈ ਕਿ ਯਾਰ 7:30 ਵਜੇ ਆਪਣੀ ਮੀਟਿੰਗ ਹੈ। ਜਿਸ ਦਿਨ ਤੁਸੀਂ ਆਪਣੀ ਟੀਮ ਨੂੰ ਰਿਕੁਐਸਟ ਕਰਕੇ 21 ਦਿਨ ਕੰਟੀਨਿਊ ਉਹਨੂੰ ਕਹਦੇ ਵੀ 21 ਦਿਨ ਤੂੰ ਕੰਟੀਨਿਊ ਮੀਟਿੰਗ ਦੇਖਣੀ ਹੈ, 22ਵੇਂ ਦਿਨ ਤੁਹਾਨੂੰ ਕਹਿਣ ਦੀ ਲੋੜ ਨਹੀਂ ਪਊਗੀ। 22ਵੇਂ ਦਿਨ ਉਹ ਖੁਦ ਕਹੂਗਾ ਕਿ ਸਰ ਜੂਮ ਮੀਟਿੰਗ ਦਾ ਲਿੰਕ ਨਹੀਂ ਆਇਆ, ਸਰ ਅੱਜ ਜੂਮ ਮੀਟਿੰਗ ਹੈ ਨਹੀਂ ਗੀ। ਇਹ ਚੀਜ਼ਾਂ ਸਾਨੂੰ ਖੁਦ ਨੂੰ ਕਰਨੀਆਂ ਪੈਣੀਆਂ ਦੋਸਤੋ। ਔਰ ਸਾਨੂੰ ਆਪਣੀ ਲੀਡਰਸ਼ਿਪ ਨੂੰ ਸੁਧਾਰਨਾ ਪਊਗਾ, ਕੁਆਲਿਟੀ ਬਣਾਉਣੀ ਪਊਗੀ। ਕੁਆਲਿਟੀ ਕਿਸ ਤਰ੍ਹਾਂ ਬਣੂਗੀ? ਜਿਸ ਤਰ੍ਹਾਂ ਅਸੀਂ ਫੀਲਡ ਵਿੱਚ ਜਾਂਦੇ ਹਾਂ, ਸਭ ਤੋਂ ਪਹਿਲਾਂ ਤਾਂ ਜਿਸ ਤਰ੍ਹਾਂ ਗੁਰਮੀਤ ਸਰ ਜੀ ਨੇ ਕਿਹਾ ਹੈਗਾ, ਬਹੁਤ ਵਧੀਆ ਲੀਡਰ ਹੈਗੇ, ਕਿ ਸਾਡੇ ਕੋਲੇ ਪੈਨ ਤੇ ਡਾਇਰੀ ਹੋਣਾ ਬਹੁਤ ਜ਼ਰੂਰੀ ਹੈਗਾ। ਔਰ ਉੱਥੇ ਸਭ ਤੋਂ ਜ਼ਿਆਦਾ ਸਾਡਾ ਪਹਿਲਾ ਸਟੈਪ ਹੈਗਾ ਕਿ ਸਾਡੀ ਲਿਸਟ ਬਣੀ ਹੋਣੀ ਚਾਹੀਦੀ ਦੋਸਤੋ। ਔਰ ਲਿਸਟ ਕਦੇ ਵੀ ਖਤਮ ਨਹੀਂ ਹੁੰਦੀ ਦੋਸਤੋ। ਲਿਸਟ ਜੇ ਆਪਾਂ ਮਾਰਕੀਟ ਜਾਂਦੇ ਨਾ, ਸਾਨੂੰ ਬਹੁਤ ਤਰ੍ਹਾਂ ਦੇ ਬਹੁਤ ਲੋਕ ਮਿਲਦੇ ਹੈਗੇ ਆ, ਜਦੋਂ ਹੀ ਲੋਕ ਮਿਲਦੇ ਸਾਨੂੰ ਲੱਗਦਾ ਇਹ ਬੰਦਾ ਹੈਗਾ, ਉਹਦਾ ਪਰਸਨਲ ਮੋਬਾਈਲ ਨੰਬਰ ਤੇ ਉਹਦਾ ਕੰਟੈਕਟ ਨੰਬਰ ਲੈ ਲਓ। ਔਰ ਡੇਲੀ ਇੱਕ ਦੋ ਇੱਕ ਦੋ ਇੱਕ ਦੋ ਤੁਹਾਡੇ ਉਹਦੇ 'ਚ ਜੁਆਇਨ ਹੋਣੇ ਚਾਹੀਦੇ ਆ, ਤੁਹਾਡੀ ਡਾਇਰੀ ਦੇ ਵਿੱਚ ਡੇਲੀ ਇੱਕ ਦੋ ਨੰਬਰ ਐਡ ਹੋਣੇ ਚਾਹੀਦੇ, ਤੁਹਾਡੀ ਕਦੇ ਵੀ ਲਿਸਟ ਖਤਮ ਨਹੀਂ ਹੁੰਦੀ। ਔਰ ਇਹ ਚੀਜ਼ਾਂ ਮੈਂ ਹਰ ਵਾਰ ਕਹਿਣਾ ਹੁੰਦਾ ਕਿ ਦੋਸਤੋ, ਜੇ ਆਪਾਂ ਬ੍ਰਾਈਟਰੀਨ ਦੇ ਵਿੱਚ ਆਏ ਨਾ, ਉਸ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰੀਏ, ਕਿਉਂਕਿ ਪ੍ਰਮਾਤਮਾ ਨੇ ਸਾਨੂੰ ਇੰਨਾ ਵਧੀਆ ਬਿਜ਼ਨਸ ਦਿੱਤਾ ਜਿਹਦੇ 'ਚ ਅਸੀਂ ਆਪਣੇ ਔਰ ਆਪਣੇ ਬੱਚਿਆਂ ਦੇ ਸੁਪਨੇ ਪੂਰੇ ਕਰ ਸਕਦੇ ਹਾਂ। ਔਰ ਮੈਂ ਵੀ ਜੇ ਤੁਸੀਂ ਕਹੋਗੇ ਨਾ ਵੀ ਪਹਿਲੀ ਵਾਰੀ ਕੋਈ ਨਹੀਂ ਆਖੇ ਲੱਗਦਾ, ਅਸੀਂ ਆਪਣੇ ਆਪ 'ਚ ਝਾਤੀ ਮਾਰਦੇ, ਅਸੀਂ 5-6 ਮਹੀਨੇ ਆਪਣੇ ਸੀਨੀਅਰ ਦੀ ਗੱਲ ਹੀ ਨਹੀਂ ਸੁਣੀ, 4-5 ਮਹੀਨੇ ਨਹੀਂ, 7 ਸਾਲ ਨਹੀਂ ਲੋਕਾਂ ਨੇ ਗੱਲ ਸੁਣੀ। ਜੇ ਅਸੀਂ ਅੱਜ ਕਿਸੇ ਕੋਲੇ 2-4 ਵਾਰ ਜਾ ਕੇ ਅਸੀਂ ਕਹਿੰਦੇ ਨਹੀਂ ਯਾਰ ਮੇਰੇ ਕੋਲ ਤੇ ਕੋਈ 4 ਵਾਰੀ ਜਾਇਆ, ਯਾਰ ਮੈਂ 5 ਵਾਰੀ ਜਾਇਆ, ਯਾਰ ਇਹ ਬੰਦਾ ਨਹੀਂ ਕਰਦਾ, ਪ੍ਰੀ ਜੱਜਮੈਂਟ ਨਾ ਕਰੋ ਕਿਸੇ ਨੂੰ। ਔਰ ਹਮੇਸ਼ਾ ਹੀ ਫੋਲੋ ਅਪ ਦਾ ਮਤਲਬ ਹੁੰਦਾ ਕਿ ਜਿੰਨਾ ਤੁਸੀਂ ਫੋਲੋ ਅਪ ਕਰੋਗੇ, ਜਿੰਨਾ ਫੋਲੋ ਕਰੋਗੇ ਉਹਨਾਂ ਤੁਸੀਂ ਅੱਪ ਜਾਓਗੇ, ਮੇਰੀ 100% ਗਰੰਟੀ ਹੈ। ਔਰ ਜਦੋਂ ਵੀ ਆਪਣੇ ਸੀਨੀਅਰ ਨੂੰ ਤੁਸੀਂ ਪਲਾਨ ਕਰਾਉਣ ਜਾਂਦੇ, ਮਤਲਬ ਆਪਣੇ ਸੀਨੀਅਰ ਨੂੰ ਪਲਾਨ ਕਰਾ ਲਏ ਉਹਨਾਂ ਤੋਂ, ਔਰ ਉਸ ਤੋਂ ਬਾਅਦ ਤਾਂ ਫੋਲੋ ਅਪ 24 ਤੋਂ 48 ਘੰਟੇ ਦੇ ਵਿੱਚ ਹੋਣਾ ਜ਼ਰੂਰੀ ਹੈਗਾ, ਕਿਉਂਕਿ 24 ਤੋਂ 48 ਘੰਟੇ ਦੇ ਵਿੱਚ ਉਹਦਾ ਫੋਲੋ ਅਪ ਹੋਊਗਾ। ਉਹ ਮਤਲਬ 24 ਘੰਟੇ ਦੇ ਬਾਅਦ ਕੀ ਉਹਦੇ ਦਿਮਾਗ ਦੇ ਵਿੱਚ ਜੇ 100% ਪਲਾਨ ਦੇਖ ਕੇ ਗਿਆ ਨਾ, ਹੁਣ ਦਿਖਾਇਆ 80% ਰਹਿ ਜਾਂਦਾ, ਔਰ 48 ਘੰਟੇ ਬਾਅਦ ਉਹ 50% ਰਹਿ ਜਾਂਦਾ, ਔਰ ਉਸ ਤੋਂ ਬਾਅਦ 10% ਰਹਿ ਜਾਂਦਾ। ਮਤਲਬ ਕਹਿਣ ਦਾ ਭਾਵ ਇਹ, ਚੰਦੂ ਕੇ ਚਾਚਾ ਨੇ ਚੰਦੂ ਕੇ ਚਾਚੀ ਕੋ ਚਾਂਦ ਕੇ ਚਮਚੇ ਸੀ ਚਟਨੀ ਚਟਾਈ, ਫਿਰ ਉਹ ਜਿਹੜੀ ਆਪਾਂ ਐਤਕੀ ਟ੍ਰੇਨਿੰਗ ਮੀਟਿੰਗ ਕੀਤੀ ਸੀ, ਉਹ ਫਿਰ ਬਾਅਦ 'ਚ ਸਿਰਫ ਚੰਦੂ ਕੇ ਚਾਚਾ ਚਟਨੀ ਰਹਿ ਜਾਂਦੀ ਹੈ, ਗਾਹ ਨਹੀਂ ਰਹਿੰਦਾ। ਇਸੇ ਕਰਕੇ ਜਿਹੜਾ ਫੋਲੋਅਪ ਹੈ ਉਹ ਬਹੁਤ ਜ਼ਰੂਰੀ ਹੈਗਾ ਆਪਣੀ ਟੀਮਾਂ ਦੇ ਵਿੱਚ। ਫੋਲੋ ਆਪਣੀ ਟੀਮ ਨੂੰ ਫੋਲੋ ਕਰਿਆ ਕਰੋ, ਔਰ ਜ਼ਰੂਰੀ ਨਹੀਂ ਹੈ ਜਦੋਂ ਜਾਂਦੇ ਹਾਂ ਬੰਦਾ ਕਰਦਾ ਜਾਂ ਨਹੀਂ ਕਰਦਾ, ਆਪਣੀ ਟੀਮ ਨੂੰ ਟੱਚ ਤਾਂ ਰੱਖੋ।
ਹੁਣ ਕਈ ਵਾਰੀ ਇਹ ਵੀ ਹੁੰਦਾ ਕਿ ਜਦੋਂ ਦੂਸਰਾ ਪਰਸਨ ਸਾਡੀ ਟੀਮ ਦੇ ਵਿੱਚ ਕੋਈ ਹੋਰ ਜੁਆਇਨ ਕਰਾ ਲੈਂਦਾ, ਫਿਰ ਸਾਨੂੰ ਲੱਗਦਾ ਹਾਂ ਯਾਰ ਮੈਂ ਤਾਂ ਉਹਨੂੰ ਪਹਿਲਾਂ ਸਾਲ ਪਹਿਲਾਂ ਦੱਸਿਆ ਸੀ ਵੀ ਉਹਨੂੰ ਮੈਂ ਜੁਆਇਨ ਵੀ ਕਰਾਇਆ ਸੀ, ਪ੍ਰੋਡਕਟ ਵੀ ਲਏ ਸੀਗੇ, ਮੈਨੂੰ 1600 ਦਾ ਪ੍ਰੋਡਕਟ ਦਿੱਤਾ ਸੀਗਾ, ਠੀਕ ਹੈ। ਉਹ ਮਤਲਬ ਕਹਿਣ ਦਾ ਭਾਵ ਕੀ ਹੁੰਦਾ ਕਿ ਜਦੋਂ ਇਹ ਚੀਜ਼ਾਂ ਹੁੰਦੀਆਂ ਉਹ ਬੰਦੇ ਨੂੰ ਅਸੀਂ ਬਾਅਦ ਚ ਉਹਦੇ ਕੋਲੇ ਗਏ ਹੀ ਨਹੀਂ ਹੈ, ਉਹਨੂੰ ਅਸੀਂ ਪਲਾਨ ਕੇਰਾ ਕਰਕੇ ਉਹਨੂੰ ਬਾਅਦ ਚ ਪ੍ਰੋਡਕਟ ਦੇਤਾ, ਉਹਨੂੰ ਸਾਲ ਸਾਲ ਪੁੱਛਾਂਗੇ ਨਹੀਂ, ਉਹਨੂੰ ਐਂ ਲੱਗੂਗਾ ਕਿ ਬ੍ਰਾਈਟ ਰੇਂਜ ਬੰਦ ਹੋ ਗਈ ਹੈ ਯਾਰ, ਮੇਰੇ ਕੋਲੇ ਆਏ ਨਹੀਂ ਬੰਦਾ। ਜ਼ਿਆਦਾਤਰ ਇਵੇਂ ਹੀ ਹੁੰਦਾ ਕਿ ਅਸੀਂ ਇੱਕ ਵਾਰੀ ਤਾਂ ਸਾਰਿਆਂ ਨੂੰ ਟੀਮਾਂ ਦੇ ਵਿੱਚ ਆਪਣੇ ਸੀਨੀਅਰ ਨੂੰ ਲਿਆ ਕੇ ਦੂਰ ਦੂਰ ਲੈ ਜਾਂਦੇ, ਉਦੋਂ ਬਾਅਦ ਅਸੀਂ ਫਾਲੋਅਪ ਹੀ ਨਹੀਂ ਕਰਦੇ, ਫਿਰ ਉਹਦਾ ਫਾਇਦਾ ਕੀ ਦੋਸਤ? ਕਿਉਂਕਿ ਤੁਸੀਂ ਝਾਤੀ ਮਾਰੋ ਬੈਠ ਕੇ ਜਿੰਨੇ ਵੀ ਲੀਡਰ ਹੈਗੇ ਆ ਕਿ ਅਸੀਂ ਆਪਣੇ ਸੀਨੀਅਰ ਨੂੰ ਕਿੱਥੇ ਕਿੱਥੇ ਲੈ ਕੇ ਜਾਏ ਆ, ਉਹ ਪੈਨ ਡੈਰੀ ਪੈਨ ਤੇ ਨੋਟ ਕਰ ਲਓ, ਉਸ ਤੋਂ ਬਾਅਦ ਉਹਨਾਂ ਕੋਲੇ ਇੱਕ ਗੇੜਾ ਤਾਂ ਕੱਢੋ। ਜੇ ਤੁਸੀਂ ਗੇੜਾ ਕੱਢੋਗੇ 5-7 ਪ੍ਰੋਡਕਟ ਤੁਹਾਡੇ ਆਰਾਮ ਨਾਲ ਹੀ ਲੱਗ ਜਾਣੇ ਦੋਸਤੋ, ਮੰਨ ਕੇ ਚਲੋ ਜੇ ਆਪਾਂ 20 ਨੂੰ 25 ਨੂੰ ਮਿਲੇ ਆ, 5-7 ਜੁਆਇਨਿੰਗਾਂ ਤੁਹਾਡੀਆਂ ਆਰਾਮ ਨਾਲ ਹੱਸ ਕੇ ਆ ਜਾਣਗੀਆਂ। ਪਰ ਇੱਥੋਂ ਤੱਕ ਕਿ ਮੈਂ ਸੀ ਨਿਹਾਲ ਸਿੰਘ ਵਾਲੇ ਗਏ ਸੀ, ਮੈਂ ਤੇ ਡਾਕਟਰ ਗੁਰਮੀਤ ਜੀ, ਨਿਹਾਲ ਸਿੰਘ ਵਾਲੇ ਵੀ ਜਦੋਂ ਜਾ ਕੇ ਡਾਕਟਰ ਸਾਹਿਬ ਨੂੰ ਕੋਈ ਮਿਲੇ ਸੀ, ਉਹਨਾਂ ਨੂੰ ਪਲਾਨ ਦੱਸਿਆ, ਉਹਨਾਂ ਨੂੰ ਆਪਣੇ ਸਿਸਟਮ ਬਾਰੇ ਹੀ ਨਹੀਂ ਪਤਾ ਕਿ ਨਿਹਾਲ ਸਿੰਘ ਵਾਲੇ ਤੋਂ ਕੰਪਨੀ ਇੰਨੇ ਸਮੇਂ ਤੋਂ ਕੰਮ ਕਰ ਰਹੀ ਹੈ, ਕਹਿੰਦੇ ਸਾਨੂੰ ਪਤਾ ਹੀ ਨਹੀਂ ਹੈ, ਨਾਲੇ ਉਹ ਲੀਡਰ ਹੈਗਾ। ਜਦੋਂ ਉਹਨੇ ਜਾ ਕੇ ਦੱਸਿਆ ਸੀ, ਪ੍ਰੋਡਕਟ ਵੀ ਦੇ ਕੇ ਆਇਆ ਸਰ, ਤੁਸੀਂ ਪਹਿਲਾਂ ਯੂਜ਼ ਕਰੋ ਫਿਰ ਤੁਸੀਂ ਰਿਜ਼ਲਟ ਲਿਓ। ਇਸੇ ਕਰਕੇ ਦੋਸਤੋ ਮੇਰਾ ਇੱਕ ਹੀ ਉਪਰਾਲਾ ਹੁੰਦਾ ਕਿ ਜਿਹੜੇ ਆਪਣੇ ਟੀਮ ਦੇ ਵਿੱਚ ਐਕਟਿਵ ਲੀਡਰ ਹੈਗੇ, ਜਿਹੜੇ ਲੋਕ ਕੁਝ ਜ਼ਿੰਦਗੀ 'ਚ ਕਰਨਾ ਚਾਹੁੰਦੇ ਆ, ਕਿਉਂਕਿ ਲੀਡਰਸ਼ਿਪ ਕੁਆਲਿਟੀ ਤੋਂ ਪਤਾ ਲੱਗਦਾ ਜਦੋਂ ਆਪਾਂ ਅਗਲੇ ਦੀਆਂ ਹਾਵ ਭਾਵ ਦੇਖ ਕੇ ਆਈ ਕੰਟੈਕਟ ਨਾਲ ਉਹਦੇ ਨਾਲ ਕਰਕੇ, ਉਦੋਂ ਬਾਅਦ 'ਚ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਬੰਦਾ ਕਰੂਗਾ ਜਾਂ ਨਹੀਂ ਕਰੂਗਾ। ਬਹੁਤ ਕੁਝ ਮਾਰਕੀਟ ਦੇ ਵਿੱਚ ਹੁੰਦਾ ਦੋਸਤੋ, ਕਈ ਵਾਰੀ ਹੁੰਦਾ ਕਿ ਅਸੀਂ ਕਿਸੇ ਨੂੰ ਪ੍ਰੀ ਜਜਮੈਂਟ ਕਰ ਜਾਂਦੇ ਹਾਂ ਕਿ ਬੰਦਾ ਇਹ ਤਾਂ ਬਾਈ ਫਟੇ ਮੇਰੇ ਨਾਲ, ਹੁਣ ਕਈ ਜਦੋਂ ਟੀਮ ਦੇ ਜਾਣਾ ਸਾਰੇ ਇਹਦੇ ਕੋਲ ਜਾਓ, ਸਾਰੇ ਫੱਟੇ ਚੱਕ ਦੂਗਾ, ਸਾਰੇ ਬਹੁਤ ਜ਼ਬਰਦਸਤ ਲੀਡਰ ਹੈਗਾ, ਉੱਥੇ ਜਾ ਕੇ ਵੀ ਐਂ ਕਰਦੇ, ਸਾਰੇ ਇਹ ਬੜੇ ਜ਼ਬਰਦਸਤ ਲੀਡਰ ਹੈਗੇ ਆ, ਤੁਸੀਂ ਉਹਨਾਂ ਨੂੰ ਦੱਸੋ, ਇਹਨਾਂ ਨੇ ਫੱਟੇ ਚੱਕਦੇ ਨੇ, ਬੜਾ ਤਕੜਾ ਲੀਡਰ ਹੈਗਾ। ਮੈਂ ਨਾ ਦੋਸਤੋ ਮੇਰਾ ਇੱਕ ਐਕਸਪੀਰੀਅੰਸ ਹੈਗਾ ਕਿ ਜਿਹਦੇ ਤੇ ਤੁਸੀਂ 100% ਤੁਹਾਨੂੰ ਬਹੁਤ ਜ਼ਿਆਦਾ ਫੇਥ ਹੁੰਦਾ ਕਿ ਬੰਦਾ ਫੱਟੇ ਚੱਕ ਦੂਗਾ, ਕਦੇ ਫੱਟੇ ਨਹੀਂ ਚੱਕੂਗਾ, ਉਹ ਨਹੀਂ ਕਰੂਗਾ ਕੰਮ, ਨਹੀਂ ਜੁੜੂਗਾ। ਔਰ ਕਈ ਵਾਰੀ ਅਸੀਂ ਕਿਸੇ ਨੂੰ ਪ੍ਰੀ ਜਜਮੈਂਟ ਕਰਕੇ ਛੱਡ ਦਿੰਦੇ, ਨਹੀਂ ਸਰ ਇਹਦੇ ਵੱਸ ਦੀ ਗੱਲ ਨਹੀਂ ਹੈ, ਸਰ ਇਹ ਤਾਂ ਕਰ ਹੀ ਨਹੀਂ ਸਕਦਾ, ਅਸੀਂ ਖੁਦ ਹੀ ਪ੍ਰੀ ਜਜਮੈਂਟ ਕਰ ਲੈਂਦੇ ਹਾਂ, ਜਾਂ ਕਿਸੇ ਕੋਲੇ ਬਹੁਤ ਜ਼ਿਆਦਾ ਕੋਈ ਮਤਲਬ ਵਧੀਆ ਸਹਿੰਦਾ ਘਰੋਂ ਹੈਗਾ, 4 ਪੈਸੇ ਨੂੰ ਆ ਰਹੇ ਹੈਗੇ ਆ, ਅਸੀਂ ਇਹ ਆਪਣੇ ਆਪ ਹੀ ਸੋਚ ਲੈਂਦੇ ਕਿ ਯਾਰ ਇਹਨੇ ਨਹੀਂ ਕਰਨਾ, ਕਿਉਂ ਨਹੀਂ ਕਰਨਾ? ਕਿਉਂਕਿ ਇਹਦੇ ਕੋਲ ਆਲਰੇਡੀ 40-50 ਹਜ਼ਾਰ ਰੁਪਇਆ ਇਹਦੇ ਕੋਲ ਆ ਰਿਹਾ ਹੈਗਾ, ਔਰ ਇਹਦਾ ਵਧੀਆ ਕਾਰੋਬਾਰ ਹੈਗਾ, ਇਹਨੇ ਨਹੀਂ ਕਰਨਾ ਸਰ। ਅਸੀਂ ਉਹਨਾਂ ਲੱਭਦੇ ਹਾਂ ਜਿਹੜੇ ਵਿਹਲੇ ਹੁੰਦੇ, ਉਹ ਵਿਹਲੇ ਦੋਸਤੋ ਕਦੇ ਬਿਜ਼ਨਸ ਦਾ ਮਤਲਬ ਨਹੀਂ ਸਮਝਦੇ ਹੈਗੇ। ਜਿੰਨਾ ਬੰਦਾ ਬਿਜ਼ੀ ਹੋਊਗਾ ਉਹੀ ਬਿਜ਼ਨਸ ਨੂੰ ਸਮਝੂਗਾ। ਔਰ ਦੂਜੀ ਸੀ, ਮੈਂ ਇੱਕ ਹੋਰ ਕਹੂੰਗਾ ਕਿ ਅਸੀਂ ਜਿਹੜੀ ਓਪਨ ਮੀਟਿੰਗ ਹੁੰਦੀ ਹੈ, ਪਲੀਜ਼ ਉਹਦੇ ਵਿੱਚ ਤੁਸੀਂ ਆਪਣੀ ਟੀਮ ਨੂੰ ਬਿਠਾਉਣਾ ਸ਼ੁਰੂ ਕਰ ਦਿਓ, ਕਿਉਂਕਿ ਕਈ ਵਾਰੀ 1-to-1 ਦੇ ਵਿੱਚ ਉਹਨੂੰ ਨਹੀਂ ਸਮਝ ਲੱਗਦੀ, ਪਰ ਜਦੋਂ ਜੂਮ ਆਪਣਾ ਓਪਨ ਮੀਟਿੰਗ ਦੇ ਵਿੱਚ ਆਉਂਦਾ ਨਾ, ਓਪਨ ਮੀਟਿੰਗ ਦੇ ਵਿੱਚ ਆਣ ਕੇ ਉਹਦਾ ਦਿਮਾਗ ਖੁੱਲ ਜਾਂਦਾ ਬੰਦੇ ਦਾ, ਕਿਉਂਕਿ ਉੱਥੇ ਜਦੋਂ ਆਣ ਕੇ ਆਪੋ ਆਪਣਾ ਲੋਕ ਐਕਸਪੀਰੀਅੰਸ ਦੱਸਦੇ ਆ, ਔਰ ਉਹਨਾਂ ਤੋਂ ਲੱਗਦਾ ਕੋਈ ਜ਼ਿਆਦਾ ਪੜ੍ਹਿਆ ਲਿਖਿਆ ਵੀ ਅਨਪੜ੍ਹ ਬੰਦਾ ਵੀ ਇੱਥੋਂ ਜੇ ਪੈਸੇ ਕਮਾ ਸਕਦਾ, ਉਹਦੇ ਮਨ 'ਚ ਫਿਰ ਠੰਕ ਜਾਂਦੀ ਹੈ ਅਗਰ ਇਹ ਬੰਦਾ ਕਰ ਸਕਦਾ ਮੈਂ ਵੀ ਕਰ ਸਕਦਾ। ਲੋਕੀ ਲੋਕਾਂ ਨੂੰ ਡਰ ਹੀ ਹੈ ਵੀ ਨੈਟਵਰਕ ਮਾਰਕੀਟਿੰਗ ਵਿੱਚ ਪਤਾ ਨਹੀਂ ਕੀ ਕਰਨਾ, ਸਾਨੂੰ ਬਹੁਤ ਔਖਾ ਲੱਗਦਾ, ਕੁਝ ਵੀ ਔਖਾ ਨਹੀਂ ਹੈ ਦੋਸਤੋ, ਕਿੰਨਾ ਸੌਖਾ ਕੰਮ ਹੈਗਾ, ਮਤਲਬ ਇੱਕ ਸਾਡੀ ਜਿਹੜੀ ਇੱਕ ਫੈਮਿਲੀ ਰਿਲੇਸ਼ਨ ਕਿੰਨੇ ਵੱਧਦੇ ਹੈਗੇ ਆ, ਅਸੀਂ ਲੋਕਾਂ ਦੇ ਇਮੋਸ਼ਨ ਮਤਲਬ ਆਪਣੇ ਲੋਕਾਂ ਨੂੰ ਪਤਾ ਲੱਗਦਾ ਵੀ ਲੋਕਾਂ ਦੇ ਕੀ ਕੀ ਡ੍ਰੀਮ ਹੈਗੇ ਆ, ਕਈ ਤਾਂ ਇਹੋ ਜਿਹੇ ਪਰਸਨ ਵੀ ਹੈਗੇ ਜਿਨ੍ਹਾਂ ਦੇ ਸੁਪਨੇ ਉਹਨਾਂ ਨੇ ਸੋਚਿਆ ਹੀ ਨਹੀਂ ਕਿ ਸੁਪਨੇ ਹੁੰਦੇ ਆ, ਜੋ ਅਸੀਂ ਸੋਚ ਲਈਏ ਹੋ ਸਕਦੇ, ਕਦੇ ਇਹ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਪਤਾ ਹੀ ਨਹੀਂ। ਪਰ ਜਦੋਂ ਜਾ ਕੇ ਹੁਣ ਆਪਣੇ ਨੈਟਵਰਕ ਦੇ ਵਿੱਚ ਜਦੋਂ ਆਪਾਂ ਜਾ ਕੇ ਲਿਆਉਣੇ ਹੁੰਦੇ ਆ, ਆਪਣੇ ਨਾਲ ਲੋਕ ਜੁੜਦੇ ਹੈਗੇ, ਉਹਨਾਂ ਦੇ ਪਹਿਲਾਂ ਕਿਹੜੇ ਸੁਪਨੇ ਹੁੰਦੇ ਆ, ਉਹ ਜਦੋਂ ਉਹ ਨੈਟਵਰਕਿੰਗ ਦੇ ਵਿੱਚ ਆ ਜਾਂਦੇ ਆ, ਉਸ ਤੋਂ ਬਾਅਦ ਉਹਨਾਂ ਨੂੰ ਜਦੋਂ ਮਤਲਬ ਜੂਮ ਮੀਟਿੰਗ ਓਪਨ ਮੀਟਿੰਗ ਉਹਨਾਂ ਦਾ ਹਾਓ ਭਾਓ ਬਦਲ ਜਾਂਦਾ ਹੈ, ਉਹਨਾਂ ਦੀ ਪਰਸਨੈਲਿਟੀ ਬਦਲ ਜਾਂਦੀ ਹੈ, ਉਹ ਸਾਨੂੰ ਕਿਸੇ ਵੀ ਕਿਤਾਬ ਦੇ ਵਿੱਚ ਸਿਖਾਇਆ ਨਹੀਂ ਜਾਂਦਾ ਹੈ।
ਹੁਣ ਆਪਣੇ ਕਈ ਲੀਡਰ ਹੈਗੇ, ਮੇਰੇ ਭੈਣਾਂ ਹੈਗੀਆਂ ਜਿਹੜੇ ਹੁਣ ਪਹਿਲਾਂ ਆਏ ਸੀ, ਪਹਿਲਾਂ ਤੇ ਅੱਜ ਉਹਨਾਂ ਦੇ ਜ਼ਮੀਨ ਸਮਾਨ ਦਾ ਫਰਕ ਹੈਗਾ। ਕਿਉਂ ਹੈਗਾ? ਕਿਉਂਕਿ ਨੈਟਵਰਕ ਦੇ ਵਿੱਚ ਜ਼ਰੂਰੀ ਹੀ ਨਹੀਂ ਆ ਦੋਸਤੋ ਪੈਸਾ ਕਮਾਉਣਾ, ਨੈਟਵਰਕਿੰਗ ਦੇ ਵਿੱਚ ਤੁਹਾਨੂੰ ਜਿਉਣ ਦਾ ਵੱਲ ਆ ਜਾਂਦਾ ਹੈ, ਤੁਹਾਨੂੰ ਲੋਕਾਂ ਦੇ ਵਿੱਚ ਵਿਚਰਨ ਦਾ ਵੱਲ ਆ ਜਾਂਦਾ ਹੈ, ਔਰ ਨੈਟਵਰਕ ਮਾਰਕੀਟਿੰਗ ਤੁਹਾਨੂੰ ਸਿਖਾ ਦਿੰਦੀ ਕਿ ਅਸੀਂ ਜੀਣਾ ਕਿਵੇਂ ਹੈ। ਨਹੀਂ ਤਾਂ ਬੰਦੇ ਨੂੰ ਜੀਣਾ ਹੀ ਨਹੀਂ ਆਉਂਦਾ, ਲੋਕ ਜੀਣ ਨਹੀਂ ਆਏ, ਲੋਕ ਕੱਟਣ ਆਏ ਆ। ਔਰ ਨੈਟਵਰਕਿੰਗ ਸਹੀ ਚ ਦੋਸਤੋ ਸਿਖਾਉਂਦੀ ਹੈ ਕਿ ਬੰਦੇ ਨੂੰ ਜਿਉਣਾ ਕਿਵੇਂ ਹੈ ਔਰ ਕਿਸ ਤਰ੍ਹਾਂ ਜਿਉਣਾ ਚਾਹੀਦਾ ਹੈਗਾ, ਕਿਸ ਤਰ੍ਹਾਂ ਅਸੀਂ ਮਾਰਕੀਟ ਦੇ ਵਿੱਚ ਜਾਂਦੇ ਹੈਗੇ ਆ, ਬੰਦੇ ਦਾ ਲਾਈਫ ਸਟਾਈਲ ਬਦਲ ਜਾਂਦਾ ਹੈਗਾ। ਪਰ ਜੇ ਆਪਾਂ ਗੱਲ ਕਰੀਏ ਨਾ, ਪਰਸਨੈਲਿਟੀ ਡਿਵੈਲਪਮੈਂਟ ਦਾ ਕੋਰਸ ਹੁੰਦਾ, ਲੋਕੀ ਆਪਣੀ ਪਰਸਨੈਲਿਟੀ ਨੂੰ ਸੁਧਾਰਨ ਵਾਸਤੇ ਲੋਕ ਪੈਸੇ ਦਿੰਦੇ ਆ ਕਿ ਉਹ ਕਿਹੜੇ ਹਿਸਾਬ ਨਾਲ ਉਹਦੇ ਤੇ ਕਿਹੜਾ ਸੂਟ ਜਚੇਗਾ, ਉਹਦੇ ਤੇ ਕਿਹੜੀ ਟਾਈ ਲਾਉਣੀ ਹੈ, ਕਿਹੜੀ ਘੜੀ ਲਾਉਣੀ ਹੈ, ਲੋਕ ਪੈਸੇ ਦਿੰਦੇ ਆ। ਔਰ ਸਾਡੇ ਸਿਸਟਮ ਦੇ ਵਿੱਚ ਇਹ ਫ੍ਰੀ ਦੇ ਵਿੱਚ ਸਿਖਾਇਆ ਜਾਂਦਾ, ਬੰਦਾ ਦੇਖ ਦੇਖ ਕੇ ਸਿੱਖ ਜਾਂਦਾ ਹੈਗਾ। ਦੋਸਤੋ ਇਹ ਚੀਜ਼ਾਂ ਬਹੁਤ ਜ਼ਰੂਰੀ ਹੈਗੀਆਂ। ਨੈਟਵਰਕਿੰਗ ਪੈਸਾ ਨਹੀਂ ਹੈ, ਸਾਨੂੰ ਮਾਨ ਸਨਮਾਨ ਦਿੰਦਾ ਹੈ। ਹੋਰ ਜ਼ਿੰਦਗੀ 'ਚ ਮੈਂ ਕਦੇ ਵੀ ਮਾਨ ਸਨਮਾਨ ਨਹੀਂ ਮਿਲ ਸਕਦਾ, ਸਾਨੂੰ ਇੱਕ ਨੋਮੀਨੀ ਨੋਮੀਨੀਨੇਸ ਬਿਜ਼ਨਸ ਮਿਲਦਾ ਹੈਗਾ, ਜਿਹਦੇ 'ਚ ਰੋਇਲਟੀ ਇਨਕਮ ਮਿਲਦੀ। ਰੋਇਲਟੀ ਇਨਕਮ ਕਿਹਨੂੰ ਮਿਲਦੀ ਹੈਗੀ ਹੈ? ਜਿਵੇਂ ਲਤਾ ਮੰਗੇਸ਼ਕਰ ਆ ਗਈ ਹੈ, ਉਹ ਅੱਜ ਦੁਨੀਆ ਤੋਂ ਚਲੇ ਗਏ ਹੈ, ਉਹਨਾਂ ਦੀ ਜਿੰਨੀ ਵੇਰੀ ਵੀ ਸੌਂਗ ਰਿਲੀਜ਼ ਹੁੰਦਾ ਹੈ ਉਹਨਾਂ ਨੂੰ ਪੈਸਾ ਜਾਂਦਾ ਹੈ। ਇਸ ਤਰ੍ਹਾਂ ਜਿਹੜਾ ਸਾਡਾ ਬ੍ਰਾਈਟ ਰੇਂਜ ਹੈਗਾ, ਇਹਦੇ 'ਚ ਰੋਇਲਟੀ ਇਨਕਮ ਹੈ, ਨੋਮੀਨੀ ਬਿਜ਼ਨਸ ਹੈਗਾ। ਮੰਨ ਲਓ ਜਿੰਨੀ ਵੇਰੀ ਅਸੀਂ ਮੰਨ ਕੇ ਚਲੋ ਵੀ ਅੱਜ ਟੀਮ ਬਿਲਡ ਹੋ ਗਈ, ਮੈਂ ਆਪਣੀ ਗੱਲ ਕਰਦਾ, ਜੀ ਟੀਮ ਬਿਲਡ ਹੋ ਗਈ ਹੈ, ਮੰਨ ਲਓ 10,000 ਲੋਕਾਂ ਦੀ ਟੀਮ ਬਣ ਗਈ, ਮੇਰੇ ਅੱਗੇ ਥੱਲੇ ਸਿਲਵਰ ਡਾਇਰੈਕਟਰ 10 ਹੋ ਗਏ ਆ, 15-20 ਗੋਲਡ ਡਾਇਰੈਕਟਰ ਹੋ ਗਏ ਆ, ਡਾਇਮੰਡ ਡਾਇਰੈਕਟਰ ਹੋ ਗਏ, ਤਾਂ ਉਸ ਤੋਂ ਬਾਅਦ 'ਚ ਕਿਹੜਾ ਫੀਲਡ 'ਚ ਜਾਣਾ ਹੈਗਾ? ਉਸ ਤੋਂ ਬਾਅਦ 'ਚ ਲਾਈਫ ਸਟਾਈਲ ਦੇਖੋ ਬੰਦੇ ਦਾ ਕੀ ਹੁੰਦਾ, ਕਿਤੇ 3-4 ਮਹੀਨੇ ਬਾਹਰ ਵੀ ਲਾਇਆ ਹੋਊਗਾ ਨਾ, ਤਾਂ ਵੀ ਉਹਦੀ ਇਨਕਮ ਰੁਕੂਗੀ ਨਹੀਂ। ਕਿ ਨੈਟਵਰਕਿੰਗ ਦੀ ਪਾਵਰ ਹੈਗੀ ਹੈ। ਮੰਨ ਲਓ ਤੁਸੀਂ ਕਿਤੇ ਕੈਨੇਡਾ ਇੰਗਲੈਂਡ ਚਲੇ ਗਏ 4 ਮਹੀਨੇ ਵਾਸਤੇ, ਉਹ ਤੁਹਾਡਾ ਹੀ ਇਨਕਮ, ਜਿਵੇਂ ਤੁਸੀਂ ਗਏ ਹੋ, ਤੁਸੀਂ ਬਾਹਰ ਫਿਰਦੇ ਹੋ, ਤੁਹਾਡੀ ਜਿਹੜੀ ਇਨਕਮ ਹੈ ਕੰਟੀਨਿਊ ਹੋਣੀ ਹੋਣੀ ਹੈ, ਕਿਉਂਕਿ ਤੁਸੀਂ ਮਿਹਨਤ ਕੀਤੀ ਹੈ। ਤੁਸੀਂ ਅੱਜ 3 ਸਾਲ 5 ਸਾਲ ਦਿੱਤੇ ਆਪਣੀ ਜ਼ਿੰਦਗੀ ਤੋਂ, ਉਸ ਤੋਂ ਬਾਅਦ ਤੁਹਾਡਾ ਹੱਕ ਬਣਦਾ ਉਸ ਇਨਕਮ ਨੂੰ, ਔਰ ਉਹ ਇਨਕਮ ਤੁਹਾਨੂੰ ਸੇਮ ਟੂ ਸੇਮ ਆਈ ਜਾਣੀ, ਕਿਉਂਕਿ ਤੁਸੀਂ ਚਲੇ ਗਏ ਬਾਹਰ, ਤੁਸੀਂ ਕਿਤੇ ਬਿਜ਼ੀ ਹੋ ਗਏ ਹੈ। ਇਸੇ ਨੂੰ ਤਾਂ ਕਹਿੰਦੇ ਆ ਨੈਟਵਰਕ ਮਾਰਕੀਟਿੰਗ। ਅੱਜ ਸੰਘਾ ਸਾਹਿਬ ਆ, 15 ਦਿਨ ਤੋਂ ਅੱਜ ਉਹ ਫੀਲਡ ਵਿੱਚ ਨਹੀਂ ਹੈ, ਪਰ ਉਹਨਾਂ ਦੀ ਟੀਮ ਵਰਕ ਕਰ ਰਹੀ ਹੈ ਨਾ, ਉਹਨਾਂ ਦੀ ਟੀਮ ਵਰਕ ਕਰ ਰਹੀ ਹੈ, ਉਹਨਾਂ ਨੂੰ 10-15 ਹਜ਼ਾਰ ਰੁਪਇਆ ਫਿਰ ਵੀ ਵੀਕਲੀ ਜਾ ਰਿਹਾ ਹੈ। ਮੰਨ ਲਓ ਸੰਘਾ ਸਾਹਿਬ 1 ਮਹੀਨੇ ਤੋਂ ਆਪਣੀ ਫੈਮਿਲੀ ਨਾਲ, ਉਹਨਾਂ ਦੇ ਸਿਸਟਰ ਆਈ ਹੋਈ ਹੈ ਉੱਥੇ, ਗਿਆ ਜੇ ਫਿਰ ਵੀ ਉਹਨਾਂ ਦਾ 35-40 ਹਜ਼ਾਰ ਰੁਪਇਆ ਮਹੀਨੇ ਦਾ ਉਹਨਾਂ ਦੇ ਘਰੇ ਜਾ ਰਿਹਾ। ਇਹਨੂੰ ਕਹਿੰਦੇ ਰੋਇਲਟੀ ਇਨਕਮ। ਸਾਡਾ ਹੋਰ ਕੋਈ ਵੀ ਇਹੋ ਜਿਹਾ ਕੰਮ ਹੈ ਨਹੀਂ ਜਿੱਥੇ ਅਸੀਂ, ਮੰਨ ਲਓ ਮੈਂ ਡਾਕਟਰ ਹਾਂ, ਜੇ ਡਾਕਟਰ ਦੀ ਦੁਕਾਨ ਮੈਂ ਕਰਦਾ, ਡਾਕਟਰ ਦੀ ਦੁਕਾਨ ਨੂੰ ਮੈਂ ਕਿਤੇ ਸ਼ਟਰ ਲਾ ਕੇ ਕਿਤੇ 1 ਮਹੀਨੇ ਵਾਸਤੇ ਬਾਹਰ ਚਲਾ ਗਿਆ, ਦੋਸਤੋ ਬਿਜ਼ਨਸ ਜ਼ੀਰੋ ਹੋ ਜਾਊਗਾ, ਸਾਨੂੰ ਆਉਣਾ ਕੁਛ ਨਹੀਂ। ਜਿਹੜੇ ਪੈਸੇ ਮਿਲਣੇ ਆ ਉਧਾਰ ਫਸੀ, ਉਹ ਵੀ ਨਹੀਂ ਮਿਲਣੇ, ਉਹਨਾਂ ਕਹਿੰਦਾ ਡਾਕਟਰ ਚੰਗਾ ਹੋ ਗਿਆ ਗਿਆ। ਇਸੇ ਕਰਕੇ ਨੈਟਵਰਕ ਮਾਰਕੀਟਿੰਗ ਦੀ ਪਾਵਰ ਸਮਝੋ ਸਰ, ਜਿਹੜਾ ਬੰਦਾ ਇਹਦੀ ਪਾਵਰ ਖੱਲ ਗਿਆ ਨਾ, ਜ਼ਿੰਦਗੀ 'ਚ ਕਦੇ ਵੀ ਨੈਟਵਰਕਿੰਗ ਤੋਂ ਸਵਾ ਦੂਜਾ ਬਿਜ਼ਨਸ ਨਹੀਂ ਕਰੂਗਾ। ਕਿਉਂਕਿ ਨੈਟਵਰਕਿੰਗ ਦੇ ਵਿੱਚ ਕੀ ਕਰਨਾ ਦੋਸਤੋ, ਸਕਿੱਲ ਬਹੁਤ ਕੁਝ ਸਿੱਖਣ ਨੂੰ ਮਿਲਦਾ। ਮੈਂ ਇਹ ਕਹਿੰਦਾ ਹੈਗਾ ਨੈਟਵਰਕ ਮਾਰਕੀਟਿੰਗ ਦੇ ਵਿੱਚ ਬੰਦਾ ਉਨੇ ਪੈਸੇ ਕਮਾ ਸਕਦਾ ਜਿੰਨੇ ਉਹਨੇ ਕਦੇ ਜ਼ਿੰਦਗੀ 'ਚ ਨਹੀਂ ਸੋਚੇ, ਔਰ ਇਹ ਪੋਸੀਬਲ ਹੈ। ਅਗਰ ਆਪਾਂ ਅੱਜ 35 ਲੱਖ ਰੁਪਏ ਦੀ ਗੱਲ ਕਰਦੇ ਹਾਂ ਨਾ, ਕਿ 35 ਲੱਖ ਰੁਪਇਆ ਵੀਕਲੀ, ਦੋਸਤੋ ਇਹ ਤਾਂ ਕੁਛ ਵੀ ਨਹੀਂ ਹੈ, ਲੋਕਾਂ ਦੇ 60-60 ਲੱਖ ਦੇ ਵੀ ਚੈੱਕ ਬਣ ਗਏ ਜਿੱਦਣ ਹੀ ਬਿਜ਼ਨਸ ਇਹ ਬਾਹਰ ਚਲਾ ਗਿਆ ਨਾ। ਦੋਸਤੋ ਇਹ ਪੋਸੀਬਲ ਹੈ, 35 ਲੱਖ ਵੀ ਜਦੋਂ ਕੈਪਿੰਗ ਲੱਗਣ ਲੱਗ ਪਈ ਨਾ, ਫਿਰ ਸਾਨੂੰ ਵੀ ਲੱਗੂ ਕਿ ਯਾਰ ਇਹ ਤਾਂ ਫਿਰ ਕੋਈ ਕਰੋੜ ਦੀ ਕੈਪਿੰਗ ਚਾਹੀਦੀ ਸੀ। ਕਿਉਂਕਿ ਇਹ ਪੋਸੀਬਲ ਹੈ, ਨੈਟਵਰਕ ਇਹਦੀ ਪਾਵਰ ਬਹੁਤ ਜ਼ਿਆਦਾ ਹੈ। ਜਿਹੜੇ ਲੋਕ ਇਹਦੀ ਪਾਵਰ ਨੂੰ ਸਮਝ ਗਏ ਨਾ ਦੋਸਤੋ, ਕਦੇ ਵੀ ਨੈਟਵਰਕਿੰਗ ਛੱਡਣਗੇ ਨਹੀਂ। ਉਹਦਾ ਕਾਰਨ ਕੀ ਹੈ? ਕਿਉਂਕਿ ਨੈਟਵਰਕਿੰਗ ਦੇ ਵਿੱਚ ਕੀ ਹੁੰਦਾ, ਮੰਨ ਲਓ ਸਾਡੇ ਸਮੇਂ ਨੂੰ ਮਲਟੀਪਲਾਈ ਕਰਦਾ ਸਾਡਾ ਜਿਹੜਾ ਨੈਟਵਰਕ ਹੁੰਦੀ, ਟੀਮ ਹੁੰਦੀ ਹੈ। ਇਸੇ ਕਰਕੇ ਇਹਦੀ ਪਾਵਰ ਨੂੰ ਸਮਝੋ, ਇਹਦੇ ਵਿੱਚ ਐਵੇਂ ਧੂੜ ਦੇ ਵਿੱਚ ਨਾ ਭੱਜੇ ਫਿਰੋ। ਕਿਉਂਕਿ ਨੈਟਵਰਕਿੰਗ ਦਾ ਮਤਲਬ ਹੈਗਾ ਕਿ ਅਸੀਂ
ਆਪਣੇ ਸਮੇਂ ਨੂੰ ਮਲਟੀਪਲਾਈ ਕਰਨਾ, ਆਪਣੇ ਸਮੇਂ ਨੂੰ ਮਲਟੀਪਲਾਈ ਕਰਾਂਗੇ ਜਦੋਂ ਸਾਡੀ ਜਿੰਨੀ ਵੱਧ ਟੀਮ ਹੋ ਜੂਗੀ। ਮੰਨ ਕੇ ਚਲੋ ਅੱਜ ਮੇਰੇ ਨਾਲ 6000 ਲੋਕਾਂ ਦੀ ਟੀਮ ਹੈ, ਔਰ ਜੇ 6000 ਲੋਕਾਂ ਦੀ ਟੀਮ ਹੋ ਗਈ ਉਹਦੇ ਚੋਂ ਮੈਂ ਨਾ ਵੀ 100 ਬੰਦੇ ਨੇ ਵੀ ਇੱਕ ਦਿਨ ਦੇ ਵਿੱਚ ਇੱਕ ਇੱਕ ਪ੍ਰੋਡਕਟ ਲਿਆ, 100 ਪ੍ਰੋਡਕਟ, ਮਤਲਬ ਇੱਕ ਦਿਨ ਦਾ 14,000 ਰੁਪਇਆ ਮੇਰਾ ਬਣ ਜਾਣਾ। ਦੋਸਤੋ ਜੇ ਕੱਲ ਨੂੰ 1000 ਬੰਦਾ, ਮਤਲਬ ਟੀਮ ਵੱਡੀ ਹੋ ਗਈ ਹੈ, 1000 ਬੰਦਾ ਇੱਕ ਇੱਕ ਪ੍ਰੋਡਕਟ ਲੈ ਰਿਹਾ, ਦੋਸਤੋ ਦੋਸਤੋ 1,40,000 ਰੁਪਇਆ ਡੇਲੀ ਦਾ ਬੰਦਾ ਪੋਸੀਬਲ ਹੈ, ਕਿਉਂਕਿ ਨੈਟਵਰਕ ਦੀ ਪਾਵਰ ਸਮਝੋ, ਆਪਣੀ ਵਾਈ ਕਲੀਅਰ ਕਰੋ ਵੀ ਇਹ ਪਹਿਲਾਂ ਇਹ ਕਰੋ ਅਸੀਂ ਕਰਨਾ ਕਿਉਂ ਹੈ, ਕਿਉਂਕਿ ਜਿਸ ਦਿਨ ਤੁਹਾਡੇ ਐਵੇਂ ਨਾ ਬੱਚੇ ਫਿਰ ਕਿਉਂ ਕਲੀਅਰ ਕਰ ਲਓ ਵੀ ਤੁਹਾਡੀ ਕਿਉਂ ਕਰਨਾ, ਤੁਸੀਂ ਤੁਹਾਨੂੰ ਕਿਉਂ ਨੀਡ ਹੈ ਦੀ, ਔਰ ਜਿਸ ਦਿਨ ਤੁਹਾਡੀ ਕਿਉਂ ਕਲੀਅਰ ਹੋ ਗਈ ਨਾ ਦੋਸਤੋ, ਉਸ ਦਿਨ ਤੁਸੀਂ ਕਿਸੇ ਨੂੰ ਥੋੜੋ ਸੱਦੋਗੇ ਆਪਣੇ ਸੀਨੀਅਰ ਨੂੰ ਕਿ ਸਰ ਆ ਜਾਓ ਤੁਸੀਂ ਮੇਰੇ ਨਾਲ ਮੀਟਿੰਗ ਕਰਾਓ, ਜਾਓ ਆਪਣਾ ਬਿਜ਼ਨਸ ਖੁਦ ਦਾ ਸਮਝੋ ਯਾਰ, ਸਾਡਾ ਖੁਦ ਦਾ ਬਿਜ਼ਨਸ। ਅਗਰ ਮੈਂ ਆਪਣੇ ਹਿਸਾਬ ਨਾਲ ਜਦੋਂ ਦਾ ਮੈਂ ਸਟਾਰਟ ਕੀਤਾ ਸੀ, ਮੈਂ ਸਟਾਰਟਿੰਗ ਦੇ ਵਿੱਚ ਜਗਦੇਵ ਸਰ ਦਾ ਇਹਨਾਂ ਦਾ ਸਹਾਰਾ ਲਿਆ ਸੀਗਾ, ਕਿਉਂਕਿ ਮੈਂ ਨਵਾਂ ਸੀਗਾ, ਉਸ ਤੋਂ ਬਾਅਦ ਮੈਨੂੰ ਪਤਾ ਲੱਗ ਗਿਆ ਮੇਰੇ ਇਕੱਲੇ ਦਾ ਬਿਜ਼ਨਸ ਹੈ, ਮੈਨੂੰ ਇਕੱਲੇ ਨੂੰ ਮਾਰਕੀਟ 'ਚ ਜਾਣਾ ਪਊਗਾ। ਜੇ ਲੀਡਰਸ਼ਿਪ, ਲੀਡਰ ਬਣਨਾ ਨਾ, ਲੀਡਰ ਬਣਨਾ ਹੈ, ਲੀਡਰਸ਼ਿਪ ਵਾਸਤੇ ਲੀਡ ਕਹਿੰਦੇ ਆਪਣੀ ਟੀਮ ਨੂੰ ਲੀਡ ਕਰਨਾ, ਉਹਦੇ ਲਈ ਸਾਨੂੰ ਆਪਣੀ ਕੁਆਲਿਟੀ ਆਪਣੇ ਆਪ ਹੀ ਇੰਪਰੂਵ ਹੁੰਦੀ ਜਾਂਦੀ ਹੈ, ਇਹਦੇ ਲਈ ਕੁਝ ਕਰਨ ਦੀ ਜ਼ਰੂਰਤ ਨਹੀਂ, ਕਿਉਂਕਿ ਬੰਦਾ ਕੋਈ ਵੀ ਘਰੋਂ ਨਹੀਂ ਸਿੱਖ ਕੇ ਆਉਂਦਾ, ਮਾਂ ਦੀ ਕੁੱਖ ਚੋਂ ਨਹੀਂ ਸਿੱਖ ਕੇ ਆਉਂਦਾ, ਉਹਨੂੰ ਲੋਕ ਸਿਖਾ ਦਿੰਦੇ ਹੈਗੇ ਆ। ਸਾਨੂੰ ਚੰਗੇ ਲੋਕ ਵੀ ਮਿਲਦੇ, ਮਾੜੇ ਵੀ ਹਿਲਦੇ ਮਿਲਦੇ ਹੈਗੇ ਆ, ਪਰ ਅਸੀਂ ਚੰਗਿਆਂ ਨੂੰ ਗ੍ਰਹਿਣ ਕਰਦੇ, ਮਾੜਿਆਂ ਨੂੰ ਛੱਡ ਦਿੰਦੇ ਹਾਂ। ਨੈਟਵਰਕ ਮਾਰਕੀਟਿੰਗ ਦੇ ਵਿੱਚੋਂ ਦੋਸਤੋ ਕਾਮਯਾਬ ਹੋਣ ਵਾਸਤੇ ਤੁਹਾਡਾ ਸੱਚੇ ਤੇ ਸੁੱਚੇ ਹੋਣਾ ਬਹੁਤ ਜ਼ਰੂਰੀ ਹੈਗਾ। ਇੱਕ ਬੰਦੇ ਦਾ ਜਿਹੜਾ ਕਿਰਦਾਰ ਆ ਨਾ, ਇਹ ਬਹੁਤ ਉੱਚਾ ਹੋਣਾ ਚਾਹੀਦਾ ਦੋਸਤੋ, ਕਿਉਂਕਿ ਸਾਡੇ ਨਾਲ ਧੀਆਂ ਨੇ, ਭੈਣਾਂ ਨੇ, ਸਾਰਿਆਂ ਨੇ ਜੁੜਨਾ ਹੈਗਾ, ਔਰ ਬੰਦੇ ਦਾ ਤਾਂ ਉਦੋਂ ਹੀ ਪਤਾ ਲੱਗ ਜਾਂਦਾ, ਬੰਦਾ ਜੇ ਕੋਈ ਗਲਤ ਬੰਦਾ ਨਿਗਾਹ ਨਾਲ ਦੇਖ ਰਿਹਾ, ਲੇਡੀਜ਼ ਉਹਦੀ ਪਹਿਚਾਣ ਜਾਂਦੀ ਹੈ ਵੀ ਇਹ ਬੰਦਾ ਗਲਤ ਹੈਗਾ, ਉਦੋਂ ਬਾਅਦ ਉਹਦੇ ਨਾਲ ਉਹ ਬੋਲਦੇ ਹੀ ਨਹੀਂ, ਟੱਚ ਹੀ ਨਹੀਂ ਕਰਦੇ ਹੈਗੇ ਆ। ਪਰ ਜੇ ਅਸੀਂ ਆਪਣੀ ਜਗ੍ਹਾ ਤੇ ਸਹੀ ਹੋਵਾਂਗੇ, ਅਸੀਂ ਭੈਣ ਨੂੰ ਭੈਣ ਕਹਾਂਗੇ, ਮਾਂ ਨੂੰ ਮਾਂ ਕਹਾਂਗੇ, ਕਿਉਂਕਿ ਸਾਡੇ ਘਰੇ ਵੀ ਮਤਲਬ ਆਪਾਂ ਸਾਰੇ ਸਮਝਦੇ ਹੈਗੇ, ਪਰ ਇਹ ਚੀਜ਼ਾਂ ਨੈਟਵਰਕ ਮਾਰਕੀਟਿੰਗ ਦੀ ਬਹੁਤ ਜ਼ਰੂਰੀ ਹੈਗੀਆਂ। ਬੰਦਾ ਇੱਜ਼ਤ ਪੱਖੋਂ ਬਿਲਕੁਲ, ਕਰੈਕਟਰ ਪੱਖੋਂ ਬਿਲਕੁਲ ਸਹੀ ਹੋਣਾ ਚਾਹੀਦਾ, ਕਿਉਂਕਿ ਅਸੀਂ ਹਰੇਕ ਦੇ ਘਰੇ ਜਾਣਾ ਹੈਗਾ, ਔਰ ਇਹ ਹਰੇਕ ਬੰਦੇ ਅੰਦਰ, ਜਿਹੜੇ ਬੰਦੇ ਅੰਦਰ ਇਹ ਕੁਆਲਿਟੀ ਹੋਊਗੀ ਦੋਸਤੋ, ਉਹ ਬੰਦਾ ਪੂਰੀ ਦੁਨੀਆ ਨੂੰ ਜਿੱਤ ਸਕਦਾ ਹੈ, ਕਿਉਂਕਿ ਇੱਜ਼ਤ ਬਣਾਉਣੀ ਬਹੁਤ ਔਖੀ ਦੋਸਤੋ, ਬਣਾਉਣ ਨੂੰ ਤਾਂ 1 ਸੈਕਿੰਡ ਲੱਗਦਾ ਹੈਗਾ। ਇਸੇ ਕਰਕੇ ਮੈਂ ਰਿਕੁਐਸਟ ਕਰੂੰਗਾ ਸਾਰੀ ਟੀਮ ਨੂੰ ਕਿ ਤੁਹਾਡਾ ਜਿਹੜਾ ਲੇਵਲ, ਰਿਸਪੈਕਟ ਲੇਵਲ ਆ, ਤੁਹਾਡੀ ਜਿਹੜੀ ਇੱਕ ਕਿਰਦਾਰ ਆ, ਬਹੁਤ ਉੱਚਾ ਬਣਾ ਲਓ ਆਪਣਾ, ਤੁਹਾਨੂੰ ਕੋਈ ਵੀ ਉਂਗਲੀ ਕਰਕੇ ਨਾ ਕਹੇ, ਅਗਲਾ ਕਹੇ ਵਾਕਈ ਸਲੂਟ ਮਾਰੇ ਯਾਰ, ਅਪਲਪ ਕਰੇ, ਅਗਲਾ ਸੱਦੇ ਕਿ ਆਓ ਸਰ ਤੁਸੀਂ ਬੈਠੋ, ਕਿਉਂਕਿ ਦੁਨੀਆ ਨੇ ਸਾਨੂੰ ਦੇਖਣਾ ਹੈਗਾ, ਔਰ ਜਦੋਂ ਅਸੀਂ ਹਰੇਕ ਦੇ ਘਰੇ ਜਾਣਾ ਹੈਗਾ, ਜਦੋਂ ਦੁਨੀਆ ਸਾਨੂੰ ਦੇਖੂਗੀ, ਅਗਲਾ ਇਹਦੇ ਕਿਸੇ ਦੇ ਘਰੇ ਜਾਣੇ, ਧੀ ਭੈਣ ਦੇ ਘਰੇ ਜਾਣੇ, ਉਹ ਅਗਲਾ ਬੰਦਾ ਕਹੂਗਾ ਹਾਂ ਸਰ ਆਓ ਬੈਠੋ, ਕਿਉਂਕਿ ਆਪਾਂ ਕਿਸੇ ਦੀ ਵੀ ਧੀ ਭੈਣ ਆਪਣੇ ਨਾਲ ਜਾਣੀ ਹੈਗੀ, ਉਹ ਸੇਫ ਉਹਨੂੰ ਲੱਗੇ ਕਿ ਮੇਰੀ ਫੈਮਿਲੀ ਵਿੱਚ ਜਾ ਰਿਹਾ, ਮੈਂ ਆਪਣੇ ਭਰਾ ਨਾਲ ਜਾ ਰਹੀ ਹਾਂ, ਆਪਣੇ ਮਦਰ ਨਾਲ ਜਾ ਰਹੀ ਹਾਂ, ਆਪਣੇ ਜਾਂ ਫਾਦਰ ਜਾ ਰਹੀ, ਉਹ ਇਸ ਤਰ੍ਹਾਂ ਮਹਿਸੂਸ ਹੋਣਾ ਚਾਹੀਦਾ ਹਰੇਕ ਹੀ ਬੱਚੇ ਨੂੰ, ਕਿਉਂਕਿ ਨੈਟਵਰਕ ਆ ਦੋਸਤੋ। ਨੈਟਵਰਕ ਦੇ ਵਿੱਚ ਜਦੋਂ ਸਾਡੀ ਫੈਮਿਲੀ, ਮੰਨ ਲਓ ਜਿਹੜਾ ਜਿਹਦਾ ਵੀ ਪਰਿਵਾਰ ਹੈਗਾ, ਜਦੋਂ ਉਹਦੇ ਨਾਲ ਕੋਈ ਧੀ ਭੈਣ ਜਾਂ ਕੋਈ ਜਾ ਰਿਹਾ, ਉਹਨੂੰ ਆਪਣਾ ਆਪਣਾ ਪਰਿਵਾਰ ਲੱਗਣਾ ਚਾਹੀਦਾ, ਉਹਨੂੰ ਸੇਫ ਲੱਗਣਾ ਚਾਹੀਦਾ ਕਿ ਮੇਰਾ ਧੀ ਪੁੱਤ ਜਾ ਰਿਹਾ ਤੇ ਸੇਫ ਜਾ ਰਿਹਾ। ਬਹੁਤ ਵਧੀਆ ਬ੍ਰਾਈਟ ਡ੍ਰੀਮਸ ਫੈਮਿਲੀ ਆ, ਲੋਕੀ ਬ੍ਰਾਈਟ ਡ੍ਰੀਮਸ ਲੀਡਰ ਦੀ ਜੇ ਕਿਤੇ ਗੱਲ ਕਰਨਾ, ਲੋਕ ਕਹਿਣ ਵੀ ਜੇ ਲੀਡਰ ਹੋਵੇ ਤਾਂ ਬ੍ਰਾਈਟ ਡ੍ਰੀਮਸ ਵਰਗਾ ਹੋਵੇ ਦੋਸਤੋ, ਜੇ ਕੰਪਨੀ ਹੋਵੇ ਤਾਂ ਬ੍ਰਾਈਟ ਰੇਂਜ ਵਰਗੀ ਹੋਵੇ, ਜੇ ਇੱਥੇ ਕਿਰਦਾਰ ਹੋਵੇ ਤਾਂ ਬ੍ਰਾਈਟ ਰੇਂਜ ਵਰਗੇ ਲੀਡਰਾਂ ਦਾ ਹੋਵੇ। ਆਪਣੀ ਪਹਿਚਾਣ ਬਣਾਓ, ਪਹਿਚਾਣ ਬਣਾਉਣੀ ਬਹੁਤ ਔਖੀ ਆ ਦੋਸਤੋ, ਕਿਉਂਕਿ ਰਿਸਪੈਕਟ ਜਿੰਨੀ ਤੁਸੀਂ ਕਿਸੇ ਨੂੰ ਦਿਓਗੇ ਉਹਨੂੰ ਵੱਧ ਮਿਲੂਗੀ ਦੋਸਤੋ। ਮੈਂ ਇਹੀ ਦੋਸਤੋ ਰਿਕੁਐਸਟ ਕਰੂੰਗਾ ਕਿ ਆਪਣੀ ਇੱਕ ਪਹਿਚਾਣ ਬਣਾਉਣ ਵਾਸਤੇ, ਆਪਣੀ ਇੱਕ ਇਮਾਨਦਾਰੀ ਅੰਦਰ ਲਿਆਉਣ ਵਾਸਤੇ ਤੁਹਾਨੂੰ ਆਪਣੀ ਟੀਮ ਦੀ ਮਦਦ ਕਰਨੀ ਪਊਗੀ, ਔਰ ਜਿਹੜੀ ਵੀ ਟੀਮ ਹੈ ਉਹਦਾ ਪਰਿਵਾਰ ਹੈ, ਉਹ ਆਪਣੇ ਆਪ ਨੂੰ ਸਮਝੇ ਕਿ ਮੇਰੀ ਜਿਹੜੀ ਬ੍ਰਾਈਟ ਰੇਂਜ ਫੈਮਿਲੀ ਹੈ ਇਹ ਬਹੁਤ ਵਧੀਆ ਹੈਗੀ ਹੈ,
ਅਸੀਂ ਸੇਫ ਹੈ, ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਹੋਣੀ ਚਾਹੀਦੀ। ਆਪਣਾ ਕਿਰਦਾਰ ਇਹੋ ਜਿਹਾ ਬਣਾ ਲਓ। ਔਰ ਜਦੋਂ ਵੀ ਅਸੀਂ ਫੀਲਡ ਦੇ ਵਿੱਚ ਜਾਂਦੇ ਹਾਂ ਦੋਸਤੋ, ਇਹ ਚੀਜ਼ਾਂ ਮੈਟਰ ਕਰਦੀਆਂ ਹੈਗੀਆਂ, ਆਪਣੀ ਪਹਿਚਾਣ ਬਣਾਉਣ ਵਾਸਤੇ, ਆਪਣਾ ਕਿਰਦਾਰ ਬਣਾਉਣ ਵਾਸਤੇ। ਔਰ ਬ੍ਰਾਈਟ ਰੇਨ ਨੇ ਸਾਨੂੰ ਇਹੋ ਜਿਹਾ ਮੌਕਾ ਦਿੱਤਾ ਹੈਗਾ, ਕਿਉਂਕਿ ਆਉਣ ਵਾਲੇ ਸਮੇਂ 'ਚ ਹੋਰ ਬਹੁਤ, ਜਦੋਂ ਜਿਵੇਂ ਜਿਵੇਂ ਲੀਡਰਸ਼ਿਪ ਵੱਧਦੀ ਜਾਊਗੀ ਨਾ ਦੋਸਤੋ, ਬੜਾ ਧਿਆਨ ਰੱਖਣਾ ਪੈਣਾ ਆਪਣੇ ਆਪ ਦਾ, ਕਿਉਂਕਿ ਲੋਕ ਬਹੁਤ ਕੁਝ ਕਰਦੇ ਹੈਗੇ ਆ। ਜਦੋਂ ਕੋਈ ਬੰਦਾ ਉੱਪਰ ਚੜ੍ਹਦਾ ਹੈਗਾ, ਉਹਨੂੰ ਥੱਲੇ